1978 ਦੇ ਵਿੱਚ ਜਦੋਂ ਨਰਕਧਾਰੀਆਂ ਨੇ ਪੁਰ ਅਮਨ ਜਿਹੜੇ ਸਿੰਘ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ 13 ਸਿੰਘ ਸ਼ਹੀਦ ਕਰਤੇ ਔਰ ਅਨੇਕਾਂ ਹੀ ਜ਼ਖਮੀ ਕਰ ਦਿੱਤੇ ਅਤੇ ਪੰਜਾਬ ਦਾ ਜਿਹੜਾ ਨੌਜਵਾਨ ਵਰਗ ਆ ਮੇਰੇ ਵਾਂਗੂ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਅਤੇ ਫਿਰ ਇੰਦਰਾ ਗਾਂਧੀ ਨੇ 3 ਮਹੀਨੇ ਹੋ ਗਏ ਸਾਨੂੰ ਉੱਥੇ ਰਹਿੰਦਿਆਂ ਅਤੇ ਇੰਦਰਾ ਗਾਂਧੀ ਨੇ 1 ਦਿਨ ਐਲਾਨ ਕਰ ਦਿੱਤਾ ਜਿਵੇਂ ਮੋਦੀ ਨੇ ਹੁਣ ਐਲਾਨ ਕਰ ਦਿੱਤਾ ਸੀ ਮੈਂ ਕਾਲੇ ਕਾਨੂੰਨ ਵਾਪਸ ਲੈਣਾ ਇਸ ਤਰ੍ਹਾਂ ਹੀ ਉਹਨੇ ਕਰ ਦਿੱਤਾ ਅਤੇ ਜਿਹੜਾ ਕੋਈ 1.25 ਲੱਖ ਬੰਦਾ ਪੰਜਾਬ ਦੀਆਂ ਜੇਲ੍ਹਾਂ 'ਚ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਮੰਜੀ ਸਾਹਿਬ ਤੋਂ 51 ਸਿੰਘਾਂ ਦਾ ਇੱਕ ਜਥਾ ਜਿਹੜਾ ਵਾ ਉਹ ਤੋਰ ਦਿੱਤਾ ਜੇਲ੍ਹ ਨੂੰ ਅਤੇ ਉਹਦਾ ਨਾਂ ਮੋਰਚੇ ਦਾ ਰੱਖ ਦਿੱਤਾ ਜੰਗ ਸ਼ੁਰੂ। ਉਹਨਾਂ ਨੇ ਕੁਝ ਧਾਰਮਿਕ ਮੰਗਾਂ, ਇੱਕ ਜਿਹੜੇ ਨਜਾਇਜ਼ ਫੜੇ ਹੋਏ ਸਿੰਘ ਆ ਉਹਨਾਂ ਦੀ ਰਿਹਾਈ ਲਈ ਇਹ ਮੋਰਚਾ ਲਾ ਦਿੱਤਾ। ਇਹ 51 ਸਿੰਘਾਂ ਦਾ ਜਥਾ ਜਦੋਂ ਰੋਜ਼ ਜਾਣ ਲੱਗ ਪਿਆ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਘਬਰਾ ਕੇ 26 ਜੁਲਾਈ ਤੋਂ ਤੁਸੀਂ 4 ਅਗਸਤ ਵੇਖ ਲਓ 7-8 ਦਿਨ ਬਣਦੇ ਆ ਅਤੇ ਇਹਨਾਂ ਦਿਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਇਹ ਮਨਾ ਲਿਆ ਕਿ ਸੰਤ ਜੀ ਤੁਸੀਂ ਇੱਕ ਧਾਰਮਿਕ ਆਗੂ ਜੀ, ਇਹ ਮੋਰਚੇ ਲਾਉਣਾ ਤੁਹਾਡਾ ਕੰਮ ਨਹੀਂ ਗਾ, ਇਹ ਮੋਰਚੇ ਲਾਉਣਾ ਸਾਡਾ ਕੰਮ ਆ, ਮੋਰਚਾ ਅਸੀਂ ਲਾਵਾਂਗੇ, ਤੁਸੀਂ ਸਾਨੂੰ ਮਦਦ ਦੇਣੀ ਆ। ਅਤੇ ਸੰਤ ਜਰਨੈਲ ਸਿੰਘ ਉਹਨਾਂ ਨੇ ਸੰਤ ਗਿਆਨੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ ਕਿਤੇ ਕਿਤੇ ਮੁਲਾਕਾਤ ਕਰਾਉਣੀ, ਉਹਨਾਂ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਲੈਣੀਆਂ ਅਤੇ ਉਹਦੇ ਨਾਲ ਸਿੱਖੀ ਦ੍ਰਿੜ ਹੁੰਦੀ ਗਈ। ਸਮਾਂ ਆਪਦੀ ਚਾਲੇ ਚੱਲੀ ਗਿਆ, ਸਿੱਖਾਂ ਨਾਲ ਵਧੀਕੀਆਂ ਸ਼ੁਰੂ ਹੋ ਗਈਆਂ ਅਤੇ ਭਾਰਤ ਸਰਕਾਰ ਨੇ ਇਹ ਦੌਰ 1982 ਵਿੱਚ ਸ਼ੁਰੂ ਹੋ ਗਿਆ ਸੀ ਜੀ ਜੀ 78 ਤੋਂ ਹੀ ਸੀ ਜੀ ਸ਼ੁਰੂ 78 ਤੋਂ ਹੀ ਸ਼ੁਰੂ 78 ਤੋਂ ਹੀ ਬਹੁਤੇ ਲੋਕਾਂ ਨੂੰ ਇਹ ਆ ਕਿ ਇਹ ਦੌਰ ਹੈ ਜਿਹੜਾ 84 ਦੇ ਅਟੈਕ ਤੋਂ ਬਾਅਦ ਸ਼ੁਰੂ ਹੋਇਆ। ਨਹੀਂ ਜੀ ਨਹੀਂ, ਇਹ 78 ਤੋਂ ਸ਼ੁਰੂ ਹੋਇਆ ਸੀ ਕਿਉਂਕਿ ਕੁਝ ਗਰਮ ਮੁੰਡਿਆਂ ਨੇ ਨਰਕਧਾਰੀਏ ਸੋਧਣੇ ਸ਼ੁਰੂ ਕਰ ਦਿੱਤੇ ਚੁਣ ਚੁਣ ਕੇ, ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇ ਤੀ ਵੀ ਜਿਹੜੇ ਇਹ ਕੰਮ ਕਰਦੇ ਆ ਇਹਨਾਂ ਨੂੰ ਚੁੱਕੋ ਅਤੇ ਇਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਆ ਉਹ ਬਣਾ ਕੇ ਇਹਨਾਂ ਨੂੰ ਮਾਰ ਘੱਤੋ। ਜਿਹੜਾ ਪਹਿਲਾ ਝੂਠਾ ਪੁਲਿਸ ਮੁਕਾਬਲਾ ਬਣਿਆ ਉਸ ਸਿੰਘ ਦਾ ਨਾਂ ਸੀ ਭਾਈ ਕੁਲਵੰਤ ਸਿੰਘ ਨਾਗੋਗੇ। ਉਹਦੇ ਜੀਂਦੇ ਦੀਆਂ ਅੱਖਾਂ ਕੱਢੀਆਂ, ਜੀਂਦੇ ਦੇ ਨਹੁੰ ਕੱਢੇ, ਕਈ ਦਿਨ ਉਹਨੂੰ ਤਸੀਹੇ ਦੇਣ ਤੋਂ ਬਾਅਦ ਉਹਨਾਂ ਕਿਹਾ ਵੀ ਜਿੱਥੇ ਨਰਕਧਾਰੀਏ ਸੋਧਣੇ ਆ ਉੱਥੇ ਜਿਹੜੇ ਪੁਲਿਸ ਵਾਲੇ ਨਜਾਇਜ਼ ਸਾਡੇ ਪੁਲਿਸ ਮੁਕਾਬਲੇ ਬਣਾਉਂਦੇ ਉਹਨਾਂ ਨੂੰ ਵੀ ਸੋਧੋ। ਕਾਫੀ ਪੁਲਿਸ ਅਫਸਰ ਮਾਰੇ ਗਏ, ਗਦਰ ਵੱਧ ਗਿਆ, ਬੱਸਾਂ 'ਚੋਂ ਕੱਢ ਕੇ ਜਿਹੜੀ ਤੁਹਾਡੇ ਘਰ ਨੌਜਵਾਨ ਭੈਣ ਜਾਂ ਲੜਕੀ ਆ ਉਹ ਫਿਰ ਘਰ ਦੇ ਵਿੱਚ ਰਾਤ ਕੱਟੂਗੀ ਗਲੀਆਂ 'ਚ, ਅਤੇ ਸਾਡਾ ਸਿਰ ਜਿਹੜਾ ਸ਼ਰਮ ਨਾਲ ਚੁੱਕ ਕੇ ਥੱਲੇ ਲੱਗ ਗਿਆ। ਪਰ ਅੱਜ ਮੁੱਖ ਮੰਤਰੀ ਦੀ ਗੱਦੀ ਅਤੇ ਜਾਂ ਇਹ ਜਿਹੜਾ ਬਾਦਲ ਆ ਜੀ ਇਹਦੀ ਨਾ ਰੱਬ ਨੇ ਡਿਊਟੀ ਲਾਈ ਆ ਕਿ ਤੂੰ ਸਿੱਖ ਕੌਮ ਨੂੰ ਖਤਮ ਕਰਨਾ ਸਿੱਖ ਕੌਮ ਦੇ ਭੇਸ 'ਚ, ਔਰ ਇਹਨੇ ਜਿਹੜਾ ਵਾ ਉਹਨੂੰ ਕੌਮ ਨੂੰ ਖਤਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਇਸ ਜੁੰਡਲੀ ਨੇ। ਇਹ ਮੋਰਚਾ ਚੱਲ ਰਿਹਾ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਕੱਲੇ ਨੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਅਤੇ ਇਹ ਕਿਹਾ ਵੀ ਮੈਂ ਹੀ ਦੇ ਸੰਵਿਧਾਨ ਨੂੰ ਨਹੀਂ ਮੰਨਦੇ। ਇਹਦੀ ਗੱਲ ਸੁਣ ਕੇ ਪੰਜਾਬ ਦੇ ਹਜ਼ਾਰਾਂ ਲੋਕ ਜਿਹੜੇ ਆ ਨੌਜਵਾਨ ਉਹ ਘਰਾਂ ਦੇ ਵਿੱਚੋਂ ਬਾਗੀ ਹੋ ਗਏ, ਇਹਨੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਮਰਵਾ ਘੱਤਿਆ ਅਤੇ ਆਪ ਉਸੇ ਸੰਵਿਧਾਨ ਦੀ ਸਹੁੰ ਚੁੱਕ ਕੇ 3 ਵਾਰਾਂ ਬਾਅਦ ਫਿਰ ਮੁੱਖ ਮੰਤਰੀ ਬਣਿਆ। ਬਾਦਲ ਦੀਆਂ ਜ਼ਿੰਦਗੀ ਬਾਰੇ ਕੀਤੀਆਂ ਸਿੱਖ ਕੌਮ ਦੇ ਨਾਲ ਗਦਾਰੀਆਂ ਜਾਂ ਸਿੱਖ ਕੌਮ ਦਾ ਘਾਣ ਤਰਤੀਬ ਵਾਰ ਆਪਾਂ ਜੇ ਦੱਸਣਾ ਸ਼ੁਰੂ ਕਰੀਏ ਇਹਦੇ ਲਈ ਕਈ ਘੰਟੇ ਲੱਗ ਜਾਣਗੇ। ਔਰ ਸਿੱਖ ਕੌਮ ਨੇ ਵਿਸ਼ਵਾਸ ਕਰਕੇ ਆਪਦਾ ਸਾਰਾ ਕੁਝ ਗਵਾ ਲਿਆ। ਸਾਡੇ ਨਾਲ ਬੜੀਆਂ ਘਟਨਾ ਘਟੀਆਂ, ਅਸੀਂ ਕਿਹੜੀ ਕਿਹੜੀ ਦੀ ਗੱਲ ਕਰੀਏ।
ਪਰ ਸੱਚ ਇਹ ਆ ਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਨਾਂ ਸੁਣਦਾ, ਮੇਰੀ ਰੂਹ ਜਿਹੜੀ ਆ ਅੰਦਰ ਤੱਕ ਕੰਬ ਜਾਂਦੀ ਆ। ਸਾਡੇ ਪਿੰਡ ਸਭਰਾ ਤੱਕ ਜੀ ਜਦੋਂ ਵੱਡਾ ਗੋਲਾ ਚੱਲਦਾ ਸੀ ਤੇ ਸਾਡੇ ਦਰਵਾਜ਼ਿਆਂ ਦੇ ਵਿੱਚ ਧਮਕ ਆਉਂਦੀ ਸੀ ਉਹਦੀ। ਅੱਛਾ, ਐਡੇ ਮਤਲਬ ਇਹ ਅਸੀਂ ਹਿਸਾਬ ਲਾ ਲਓ 60 ਕਿਲੋਮੀਟਰ ਦੂਰ ਆ ਦਰਬਾਰ ਸਾਹਿਬ ਤੋਂ, ਐਨੇ ਭਿਆਨਕ ਜਿਹੜੀ ਆ ਉਹ ਬੰਬਾਰੀ ਸੀ। ਸਤਿ ਸ਼੍ਰੀ ਅਕਾਲ ਜੀ, ਸ਼ਬਦ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ। ਇਸ ਵਕਤ ਅਸੀਂ ਪਿੰਡ ਸਭਰਾ ਦੇ ਵਿੱਚ ਮੌਜੂਦ ਹਾਂ ਅਤੇ ਸਾਡੇ ਨਾਲ ਸ਼ਰਨਜੀਤ ਸਿੰਘ ਪੂਰਾ, ਜਿਨ੍ਹਾਂ ਨੇ 1978 ਤੋਂ ਲੈ ਕੇ 84 ਤੱਕ ਦੀ ਜੇ ਗੱਲ ਕੀਤੀ ਜਾਵੇ ਤਾਂ ਧਰਮ ਯੁੱਧ ਮੋਰਚੇ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਰਹੀ ਹੈ। ਇਸ ਤੋਂ ਬਾਅਦ ਕਿਵੇਂ 84 ਦਾ ਅਟੈਕ ਹੁੰਦਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ ਇਹਨਾਂ ਨੇ ਉਹ ਅੱਖੀ ਦੇਖਿਆ, ਅਤੇ ਨਾਲ ਹੀ ਇਹਨਾਂ ਨੇ ਸੇਵਾ ਵੀ ਹੈ ਜਿਹੜੀ, ਜਿਹੜੇ ਲੋਕ ਜਦੋਂ ਪਤਾ ਲੱਗਦਾ ਹੈ ਕਿ ਅਕਾਲ ਤਖ਼ਤ ਦੇ ਉੱਤੇ ਹਮਲਾ ਹੋਇਆ ਹੈ, ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਸੀ ਅਤੇ ਜਿਹੜੇ ਲੋਕ ਦਰਬਾਰ ਸਾਹਿਬ ਵੱਲ ਜਾ ਰਹੇ ਸੀ ਉਹਨਾਂ ਨੂੰ ਰਸਤੇ ਦੇ ਵਿੱਚ ਜਲ ਪਾਣੀ ਦੀ, ਲੰਗਰ ਪਾਣੀ ਦੀ ਸੇਵਾ ਵੀ ਇਹ ਨਿਭਾਉਂਦੇ ਰਹੇ ਨੇ। ਸਾਰੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੀ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ 1978 ਦੀ। ਕਹਿੰਦੇ ਕਿ ਤੁਸੀਂ ਪਹਿਲਾਂ ਜਿਹੜੇ ਆ ਸਿੱਖੀ ਸਰੂਪ ਦੇ ਵਿੱਚ ਹੈ ਨਹੀਂ ਸੀ, ਕੇਸ ਨਹੀਂ ਰੱਖੇ ਹੋਏ ਸੀ, ਕਿਹੜੀ ਘਟਨਾ ਤੋਂ ਪ੍ਰਭਾਵਿਤ ਹੁੰਦੇ ਹੋ, ਕਿਵੇਂ ਪ੍ਰਭਾਵਿਤ ਹੁੰਦੇ ਹੋ? ਅਤੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਨਾਲ ਤੁਹਾਡੀ ਕਾਫੀ ਨਜ਼ਦੀਕੀ ਨੇੜਤਾ ਰਹੀ, ਉਹਨਾਂ ਦੀ ਸੰਗਤ ਮਾਣੀ ਹੈ ਤੁਸੀਂ, ਅਤੇ ਜਿੰਨਾ ਕੁ ਤੁਸੀਂ ਉਹਨਾਂ ਨੂੰ ਜਾਣਿਆ, ਮੁਲਾਕਾਤਾਂ ਹੋਈਆਂ, ਉਹ ਸਾਰਾ ਕੁਝ ਤੁਹਾਡੇ ਤੋਂ ਜਾਣਨਾ ਚਾਹਾਂਗੇ। ਗੱਲ ਆ ਬੇਟਾ ਜੀ ਇਹ ਕਿ ਮੇਰੀ ਉਮਰ ਉਦੋਂ 21-22 ਸਾਲ ਦੀ ਸੀ ਅਤੇ ਸਿੱਖੀ ਬਾਰੇ ਕੋਈ ਨੌਲੇਜ ਨਹੀਂ ਸੀ। ਖੇਤੀ ਦਾ ਕੰਮ ਕਰਨਾ, ਸ਼ਾਮ ਨੂੰ ਸ਼ਰਾਬ ਪੀ ਲੈਣੀ, ਸੌਂ ਜਾਣਾ, ਸਵੇਰੇ ਫਿਰ ਉਹ ਕੰਮ, ਅਤੇ ਨਾ ਰਾਜਨੀਤੀ ਬਾਰੇ ਕੋਈ ਦਿਲਚਸਪੀ ਸੀ। 1978 ਦੇ ਵਿੱਚ ਜਦੋਂ ਨਰਕਧਾਰੀਆਂ ਨੇ ਪੁਰ ਅਮਨ ਜਿਹੜੇ ਸਿੰਘ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ 13 ਸਿੰਘ ਸ਼ਹੀਦ ਕਰਤੇ ਔਰ ਅਨੇਕਾਂ ਹੀ ਜ਼ਖਮੀ ਕਰ ਦਿੱਤੇ, ਅਤੇ ਪੰਜਾਬ ਦਾ ਜਿਹੜਾ ਨੌਜਵਾਨ ਵਰਗ ਆ ਮੇਰੇ ਵਾਂਗੂ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਰੋਸ ਜਾਗਿਆ, ਅਤੇ ਉਸ ਘਟਨਾ ਨੇ ਸਿੱਖੀ ਵੱਲ ਜਾਣ ਦਾ ਇੱਕ ਪ੍ਰਕਿਰਿਆ ਸ਼ੁਰੂ ਹੋ ਗਈ, ਅਤੇ ਮੈਂ ਹੌਲੀ ਹੌਲੀ ਸਿੱਖ ਧਰਮ ਵੱਲ ਜਾਂਦਾ ਗਿਆ। ਅਤੇ ਉਹਦੇ ਤੋਂ ਵਧੀਆ ਗੱਲ ਇਹ ਹੋਈ ਕਿ ਸੰਤ ਗਿਆਨੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ ਕਿਤੇ ਕਿਤੇ ਮੁਲਾਕਾਤ ਕਰਾਉਣੀ, ਉਹਨਾਂ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਲੈਣੀਆਂ, ਅਤੇ ਉਹਦੇ ਨਾਲ ਸਿੱਖੀ ਦ੍ਰਿੜ ਹੁੰਦੀ ਗਈ। ਸਮਾਂ ਆਪਦੀ ਚਾਲੇ ਚੱਲੀ ਗਿਆ, ਸਿੱਖਾਂ ਨਾਲ ਵਧੀਕੀਆਂ ਸ਼ੁਰੂ ਹੋ ਗਈਆਂ। 1982 ਦੇ ਵਿੱਚ ਓਲੰਪਿਕ ਏਸ਼ਿਆਈ ਖੇਡਾਂ ਜਿਹੜੀਆਂ ਵਾ ਉਹ ਦਿੱਲੀ ਦੇ ਵਿੱਚ ਹੋਣੀਆਂ ਸੀ, ਅਤੇ ਭਾਰਤ ਸਰਕਾਰ ਨੇ ਪੰਜਾਬ ਦੇ ਪਿੰਡਾਂ ਵਿੱਚੋਂ ਨੌਜਵਾਨ ਮੁੰਡੇ ਫੜਨੇ ਸ਼ੁਰੂ ਕਰ ਦਿੱਤੇ ਤਾਂ ਕਿ ਇਹ ਉੱਥੇ ਜਾ ਕੇ ਦਿੱਲੀ ਪੁਲਿਸ ਟੈਸਟ ਨਾ ਕਰ ਸਕਣ, ਕਾਲੀਆਂ ਝੰਡੀਆਂ ਨਾ ਵਿਖਾ ਸਕਣ, ਅਤੇ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਜੋ ਇਹਨਾਂ ਲੜੀਂਦੇ ਜਾਂ ਜ਼ਰੂਰੀ ਜਾਂ ਯੋਗ ਕੁਝ ਵੀ ਸਮਝ ਲਓ ਸਮਝੇ ਉਹ ਇਹਨਾਂ ਨੇ ਫੜਨੇ ਸ਼ੁਰੂ ਕਰ ਦਿੱਤੇ, ਜਿਹਦੇ ਵਿੱਚ ਮੈਂ ਅਤੇ
ਇਹ ਪ੍ਰਸਿੱਧ ਕਵੀ ਸ਼੍ਰੀ ਗਿਆਨੀ ਹਰਭਜਨ ਸਿੰਘ ਜੀ ਆ, ਹੁਣ ਤਾਂ ਬਜ਼ੁਰਗ ਹੋ ਗਏ ਆ, ਸਾਨੂੰ ਦੋਵਾਂ ਨੂੰ ਵੀ ਫੜ ਲਿਆ ਗਿਆ ਅਤੇ 22 ਦਿਨ ਜਿਹੜਾ ਵਾ ਅਸੀਂ ਉਹ ਅੰਮ੍ਰਿਤਸਰ ਜੇਲ੍ਹ 'ਚ ਕੱਟ ਕੇ ਫਿਰ ਉੱਥੋਂ ਸਾਨੂੰ ਛੱਡਿਆ ਗਿਆ। ਧਰਮਯੁੱਧ ਮੋਰਚੇ ਦੇ ਵਿੱਚ ਵੀ ਅਸੀਂ ਗ੍ਰਿਫਤਾਰੀ ਕੀ ਦਿੱਤੀ ਅਤੇ ਸਾਨੂੰ 3 ਮਹੀਨੇ ਹੋ ਗਏ ਸੀ। ਨਾਭਾ ਇੱਕ ਸਕੂਲ ਦੀ ਜੇਲ੍ਹ ਬਣੀ ਹੋਈ ਸੀ ਜਿਹਦੇ ਵਿੱਚ ਸਾਨੂੰ ਰੱਖਿਆ ਗਿਆ ਸੀ ਅਤੇ ਫਿਰ ਇੰਦਰਾ ਗਾਂਧੀ ਨੇ 3 ਮਹੀਨੇ ਹੋ ਗਏ ਸਾਨੂੰ ਉੱਥੇ ਰਹਿੰਦਿਆਂ ਅਤੇ ਇੰਦਰਾ ਗਾਂਧੀ ਨੇ 1 ਦਿਨ ਐਲਾਨ ਕਰ ਦਿੱਤਾ, ਜਿਵੇਂ ਮੋਦੀ ਨੇ ਹੁਣ ਐਲਾਨ ਕਰ ਦਿੱਤਾ ਸੀ ਮੈਂ ਕਾਲੇ ਕਾਨੂੰਨ ਵਾਪਸ ਲੈਂਦਾ, ਇਸ ਤਰ੍ਹਾਂ ਹੀ ਉਹਨੇ ਕਰ ਦਿੱਤਾ। ਅਤੇ ਜਿਹੜਾ ਕੋਈ 1.25 ਲੱਖ ਬੰਦਾ ਪੰਜਾਬ ਦੀਆਂ ਜੇਲ੍ਹਾਂ 'ਚ ਸੀ ਉਹ ਸਾਰੇ ਰਿਹਾਅ ਕਰ ਦਿੱਤੇ ਅਤੇ ਸਾਨੂੰ ਵੀ ਰਿਹਾਅ ਕਰ ਦਿੱਤਾ। ਅੱਛਾ, ਇਸੇ ਤਰ੍ਹਾਂ ਹੀ ਜੀ ਇਹ 26 ਜੁਲਾਈ 1982 ਨੂੰ ਭਾਈ ਅਮਰੀਕ ਸਿੰਘ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਬਾਬਾ 18 ਸਿੰਘ ਇਹ ਜਿਹੜੇ ਸਿੰਘਾਂ ਦੇ ਉੱਤੇ ਕੇਸ ਪਾਏ ਸੀ ਉਹਨਾਂ ਦੀ ਕਾਰਵਾਈ ਕਰਦੇ ਹੁੰਦੇ ਸੀ ਕਾਗਜ਼ੀ ਕਾਰਵਾਈ, ਅਤੇ ਅੰਮ੍ਰਿਤਸਰ ਦੀ ਕੋਰਟ ਦੇ ਵਿੱਚੋਂ ਇਹਨਾਂ ਨੂੰ ਵੀ ਪੁਲਿਸ ਚੁੱਕ ਕੇ ਲੈ ਗਈ। ਇਹ ਘਟਨਾ 11 ਵਜੇ ਦੀ ਸੀ ਅਤੇ ਜਦੋਂ ਮਹਿਤਾ ਚੌਂਕ ਸੰਤ ਜਰਨੈਲ ਸਿੰਘ ਹੁਣਾਂ ਨੂੰ ਖਬਰ ਪਹੁੰਚੀ, ਕਿਉਂਕਿ ਉਦੋਂ ਮੋਬਾਈਲ ਟੈਲੀਫੋਨ ਨਹੀਂ ਸੀ ਹੁੰਦੇ ਅਤੇ ਉਹਨਾਂ ਨੇ ਉਸੇ ਦਿਨ ਮਹਿਤਾ ਚੌਂਕ ਤੋਂ ਆ ਕੇ ਸ਼ਾਮ ਨੂੰ 5 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਮੰਜੀ ਸਾਹਿਬ ਤੋਂ 51 ਸਿੰਘਾਂ ਦਾ ਇੱਕ ਜਥਾ ਜਿਹੜਾ ਵਾ ਉਹ ਤੋਰ ਦਿੱਤਾ ਜੇਲ੍ਹ ਨੂੰ ਅਤੇ ਉਹਦਾ ਨਾਂ ਮੋਰਚੇ ਦਾ ਰੱਖ ਦਿੱਤਾ ਜੰਗ ਸ਼ੁਰੂ। ਉਹਨਾਂ ਨੇ ਕੁਝ ਧਾਰਮਿਕ ਮੰਗਾਂ, ਇੱਕ ਜਿਹੜੇ ਨਜਾਇਜ਼ ਫੜੇ ਹੋਏ ਸਿੰਘ ਆ ਉਹਨਾਂ ਦੀ ਰਿਹਾਈ ਲਈ ਇਹ ਮੋਰਚਾ ਲਾ ਦਿੱਤਾ। ਇਹ 51 ਸਿੰਘਾਂ ਦਾ ਜਥਾ ਜਦੋਂ ਰੋਜ਼ ਜਾਣ ਲੱਗ ਪਿਆ ਅਤੇ 4-5 ਦਿਨਾਂ ਦੇ ਵਿੱਚ ਹੀ ਜਿਹੜੀ ਪੰਜਾਬ ਦੀ ਸਿਆਸਤ ਆ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਸਾਰੇ ਪਰਿਵਾਰਾਂ ਦੇ ਪਰਿਵਾਰ ਜੀ ਜਿਹੜੇ ਉਹਨਾਂ ਨੇ ਸੰਤ ਜਰਨੈਲ ਸਿੰਘ ਨਾਲ ਆ ਕੇ ਖੜ੍ਹ ਗਏ ਕਿ ਅਸੀਂ ਤੁਹਾਡੇ ਨਾਲ ਹਾਂ। ਅਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਘਬਰਾ ਕੇ 26 ਜੁਲਾਈ ਤੋਂ ਤੁਸੀਂ 4 ਅਗਸਤ ਵੇਖ ਲਓ 7-8 ਦਿਨ ਬਣਦੇ ਆ ਅਤੇ ਇਹਨਾਂ ਦਿਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਇਹ ਮਨਾ ਲਿਆ ਕਿ ਸੰਤ ਜੀ ਤੁਸੀਂ ਇੱਕ ਧਾਰਮਿਕ ਆਗੂ ਜੇ, ਇਹ ਮੋਰਚੇ ਲਾਉਣਾ ਤੁਹਾਡਾ ਕੰਮ ਨਹੀਂ ਗਾ, ਇਹ ਮੋਰਚੇ ਲਾਉਣਾ ਸਾਡਾ ਕੰਮ ਆ, ਮੋਰਚਾ ਅਸੀਂ ਲਾਵਾਂਗੇ, ਤੁਸੀਂ ਸਾਨੂੰ ਮਦਦ ਦੇਣੀ ਆ। ਅਤੇ ਸੰਤ ਜਰਨੈਲ ਸਿੰਘ ਹੁਣਾਂ ਨੇ ਇਹਨਾਂ ਦੀ ਗੱਲ ਮੰਨ ਲਈ ਅਤੇ 4 ਅਗਸਤ ਨੂੰ ਮੋਰਚੇ ਦਾ ਨਾਂ ਬਦਲ ਕੇ ਧਰਮਯੁੱਧ ਮੋਰਚਾ ਰੱਖ ਦਿੱਤਾ। ਬਹੁਤੇ ਸਿੱਖਾਂ ਨੂੰ ਇਸ ਗੱਲ ਦਾ ਨੌਲੇਜ ਨਹੀਂ ਗਾ ਕਿ ਪਹਿਲਾਂ ਇਹਦਾ ਨਾਂ ਸੀ ਜੰਗ ਸ਼ੁਰੂ। ਅੱਛਾ, ਉਹਨਾਂ ਫਿਰ ਨਾਂ ਬਦਲ ਕੇ ਧਰਮਯੁੱਧ ਮੋਰਚਾ ਕਰਕੇ ਉਹਦਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਬਣਾ ਦਿੱਤੇ ਅਤੇ ਅਕਾਲੀ ਦਲ ਨੇ ਮੋਰਚਾ ਲਾ ਲਿਆ। ਉਹਦੇ ਵਿੱਚ ਫਿਰ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ, ਬੜਾ ਕੁਝ ਹੁੰਦਾ ਰਿਹਾ। ਪੁਲਿਸ ਨੇ ਜਿਹੜੇ ਆ ਨਜਾਇਜ਼ ਮੁੰਡੇ ਘਰਾਂ ਤੋਂ ਫੜ ਕੇ ਮਾਰਨੇ। ਇੱਥੇ ਮੈਂ ਇਸ ਚੀਜ਼ ਦਾ ਵੀ ਖੁਲਾਸਾ ਕਰਦਾ ਵਾਂ ਕਿ ਪੁਲਿਸ ਮੁੰਡਿਆਂ ਨੂੰ ਚੁੱਕ ਕੇ ਮਾਰਦੀ ਕਿਉਂ ਸੀ? ਇਹ ਦੌਰ 1982 ਵਿੱਚ ਵੀ ਸ਼ੁਰੂ ਹੋ ਗਿਆ ਸੀ? ਜੀ 78 ਤੋਂ ਹੀ ਸੀ ਜੀ ਸ਼ੁਰੂ। 78 ਤੋਂ ਹੀ ਸ਼ੁਰੂ? 78 ਤੋਂ ਹੀ। ਬਹੁਤੇ ਲੋਕਾਂ ਨੂੰ ਇਹ ਆ ਕਿ ਇਹ ਦੌਰ ਹੈ ਜਿਹੜਾ 84 ਦੇ ਅਟੈਕ ਤੋਂ ਬਾਅਦ ਸ਼ੁਰੂ ਹੋਇਆ। ਨਹੀਂ ਜੀ ਨਹੀਂ, ਇਹ 78 ਤੋਂ ਸ਼ੁਰੂ ਹੋਇਆ ਸੀ, ਕਿਉਂਕਿ
ਜਦੋਂ ਇੱਥੋਂ ਕੇਸ ਤਬਦੀਲ ਕਰਕੇ ਹਰਿਆਣੇ ਦੇ ਵਿੱਚ ਚੱਲਣ ਲੱਗ ਪਿਆ, ਉੱਥੇ ਅਕਾਲੀ ਲੀਡਰਸ਼ਿਪ ਨੇ ਉਹਨਾਂ ਦੇ ਹੱਕ 'ਚ ਬਿਆਨ ਦੇ ਕੇ, ਖਾਸ ਕਰਕੇ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਅਤੇ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨੇ ਉਹ ਸਾਰੇ ਨਰਕਧਾਰੀਆਂ ਨੂੰ ਬਰੀ ਕਰਾਤਾ। ਨਿਰੰਕਾਰੀ ਕਹਿਣ ਨੂੰ ਉਹਨਾਂ ਦਾ ਮੈਨੂੰ ਜੀ ਨਹੀਂ ਕਰਦਾ, ਇਸ ਕਰਕੇ ਨਰਕਧਾਰੀ ਸ਼ਬਦ ਵਰਤ ਰਹੇ ਹਾਂ। ਅਤੇ ਜਦੋਂ ਸਾਰੇ ਬਰੀ ਹੋ ਗਏ ਅਤੇ ਸੰਤ ਜਰਨੈਲ ਸਿੰਘ ਹੋਣਾ ਨੇ ਸਮਝ ਲਿਆ ਕਿ ਇਸ ਸਰਕਾਰ ਨੇ, ਇੱਥੋਂ ਦੇ ਕਾਨੂੰਨ ਨੇ ਸਾਨੂੰ ਨਿਆਂ ਨਹੀਂ ਦਿਵਾਉਣਾ, ਕੁਝ ਗਰਮ ਮੁੰਡਿਆਂ ਨੇ ਨਰਕਧਾਰੀ ਸੋਧਣੇ ਸ਼ੁਰੂ ਕਰ ਦਿੱਤੇ ਚੁਣ ਚੁਣ ਕੇ। ਮੈਂ ਤੁਹਾਨੂੰ ਪੋਜ਼ੀਟਿਵ ਅਤੇ ਨੈਗੇਟਿਵ ਦੋਵੇਂ ਪੱਖ ਦੱਸ ਰਿਹਾ। ਹਾਂਜੀ, ਜਦੋਂ ਇਹ ਕੰਮ ਸ਼ੁਰੂ ਹੋ ਗਿਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇ ਤੀ ਵੀ ਜਿਹੜੇ ਇਹ ਕੰਮ ਕਰਦੇ ਆ ਇਹਨਾਂ ਨੂੰ ਚੁੱਕੋ ਅਤੇ ਇਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਆ ਉਹ ਬਣਾ ਕੇ ਇਹਨਾਂ ਨੂੰ ਮਾਰ ਘੱਤੋ। ਜਿਹੜਾ ਪਹਿਲਾ ਝੂਠਾ ਪੁਲਿਸ ਮੁਕਾਬਲਾ ਬਣਿਆ ਉਸ ਸਿੰਘ ਦਾ ਨਾਂ ਸੀ ਭਾਈ ਕੁਲਵੰਤ ਸਿੰਘ ਨਾਗੋਗੇ। ਅੱਛਾ, ਉਹਦੇ ਜੀਂਦੇ ਦੀਆਂ ਅੱਖਾਂ ਕੱਢੀਆਂ, ਜੀਂਦੇ ਦੇ ਨਹੁੰ ਕੱਢੇ, ਕਈ ਦਿਨ ਉਹਨੂੰ ਤਸੀਹੇ ਦੇਣ ਤੋਂ ਬਾਅਦ ਇੱਕ ਦਰਖਤ ਨਾਲ ਬੰਨ੍ਹ ਕੇ ਅਤੇ ਗੋਲੀਆਂ ਮਾਰਤੀਆਂ। ਜਦੋਂ ਉਹ ਸ਼ਹੀਦ ਹੋਇਆ ਉਸ ਵੇਲੇ ਮਾਸਟਰ ਤਾਰਾ ਸਿੰਘ ਦੀ ਇੱਕ ਲੜਕੀ ਸੀ ਡਾਕਟਰ ਰਜਿੰਦਰ ਕੌਰ, ਸੰਤ ਛਪਾਈ ਰਸਾਲਾ ਚਲਾਉਂਦੀ ਸੀ ਉਹ। ਮੈਨੂੰ ਇੰਨਾ ਪਤਾ ਕਿ ਉਹਦੀਆਂ ਲੜਕੀਆਂ ਦੇ ਨਾਂ ਦੇ ਉਸ ਜ਼ਮਾਨੇ ਦੇ ਵਿੱਚ ਉਹਨੇ 5-5 ਹਜ਼ਾਰ ਦੀ ਐਫ ਟੀ ਵੀ ਕਰਾਈ ਸੀ ਭਾਈ ਕੁਲਵੰਤ ਸਿੰਘ ਨਾਗੋ ਦੇ ਬੱਚੀਆਂ ਦੇ ਨਾਂ 'ਤੇ, ਜਿਹੜੀਆਂ ਛੋਟੀਆਂ ਛੋਟੀਆਂ ਸੀ। ਅੱਛਾ, ਇਸ ਕਰਕੇ ਜਦੋਂ ਇਹਨਾਂ ਨੇ ਕੀਤਾ ਇੱਧਰੋਂ, ਫਿਰ ਸਿੰਘਾਂ ਨੇ ਇੱਕ ਸਟੈਪ ਹੋਰ ਲੈ ਲਿਆ। ਉਹਨਾਂ ਕਿਹਾ ਵੀ ਜਿੱਥੇ ਨਰਕਧਾਰੀਏ ਸੋਧਣੇ ਆ ਉੱਥੇ ਜਿਹੜੇ ਪੁਲਿਸ ਵਾਲੇ ਨਜਾਇਜ਼ ਸਾਡੇ ਪੁਲਿਸ ਮੁਕਾਬਲੇ ਬਣਾਉਂਦੇ ਉਹਨਾਂ ਨੂੰ ਵੀ ਸੋਧੋ। ਕਾਫੀ ਪੁਲਿਸ ਅਫਸਰ ਮਾਰੇ ਗਏ, ਗਦਰ ਵੱਧ ਗਿਆ। ਇਹ ਜਿਹੜੀ ਲੜਾਈ ਸੀ ਇਹ ਲੜਾਈ ਸੀ ਨਰਕਧਾਰੀਆਂ ਦੇ ਨਾਲ, ਔਰ ਸਰਕਾਰਾਂ ਕੋਲ ਪਾਵਰਾਂ ਬਹੁਤ ਹੁੰਦੀਆਂ। ਫਿਰ ਸਰਕਾਰਾਂ ਨੇ ਆਪਦੇ ਏਜੰਟ ਪੈਦਾ ਕਰਕੇ ਖਾੜਕੂਆਂ ਦਾ ਉਹਨਾਂ ਨੂੰ ਰੂਪ ਦੇ ਕੇ ਅਤੇ ਮੰਦਰਾਂ ਦੇ ਵਿੱਚ ਆਪਣਾ ਗਾਂ ਦੀ ਪੂਜ ਸੁੱਟ ਦੇਣੀ, ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸਿਰਕਟਾਂ ਦੀ ਡੱਬੀ ਸੁੱਟ ਦੇਣੀ। ਇਹਨੂੰ ਤਬਦੀਲ ਕੀਤਾ ਇਹਨਾਂ ਨੇ ਕਿ ਇਹਨੂੰ ਹਿੰਦੂ ਸਿੱਖ ਦਾ ਮਸਲਾ ਬਣਾਇਆ ਜਾਵੇ, ਲੇਕਿਨ ਹਿੰਦੂ ਸਿੱਖ ਦਾ ਮਸਲਾ ਨਾ ਉਦੋਂ ਸੀ ਅਤੇ ਨਾ ਅੱਜ ਆ ਅਤੇ ਨਾ ਗਾਂ ਹੋਣਾ ਵਾ। ਪਰ ਸਰਕਾਰਾਂ ਦੇ ਕੋਲ ਬਹੁਤ ਤਾਕਤ ਹੁੰਦੀ ਆ, ਇਹ ਆਪਦੇ ਮੀਡੀਆ ਰਾਹੀਂ ਆਪਦੇ ਬੰਦਿਆਂ ਨੇ ਬੜੇ ਕੁਝ ਕਰਾ ਦਿੰਦੇ। ਇਹ ਪੁਲਿਸ ਵਾਲੇ ਖਾੜਕੂਆਂ ਦਾ ਰੂਪ ਧਾਰ ਕੇ ਰਾਤ ਨੂੰ ਪਿੰਡਾਂ ਤੋਂ ਬਾਹਰ ਲੋਕਾਂ ਦੇ ਡੇਰਿਆਂ ਦੇ ਵਿੱਚ ਜਾਂਦੇ ਸੀ, ਉੱਥੇ ਰੋਟੀ ਪਾਣੀ ਖਾਂਦੇ ਸੀ, ਡਰਾਉਂਦੇ ਧਮਕਾਉਂਦੇ ਸੀ ਅਤੇ ਦਿਨੇ ਵਰਦੀ ਪਾ ਕੇ ਜਾ ਵੜਦੇ ਵੀ ਰਾਤ ਤੁਹਾਡੇ ਕੋਲ ਖਾੜਕੂ ਰੋਟੀ ਖਾ ਕੇ ਆਏ ਆ। ਇਹ ਡਰਾਮਾ ਪ੍ਰਸ਼ਾਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨੌਲੇਜ ਦੇ ਵਿੱਚ ਉਹਨਾਂ ਦੀ ਰਾਏ ਦੇ ਨਾਲ ਹੀ ਸਾਰਾ ਕੁਝ ਚੱਲ ਰਿਹਾ ਸੀ ਅਤੇ ਸਾਡਾ ਨੌਜਵਾਨ ਜਿਹੜਾ ਬਹੁਤ ਜਿਹੜਾ ਬੰਦਾ ਉਹ ਨਜਾਇਜ਼ ਮਾਰਿਆ ਗਿਆ। ਇੱਕ ਦੋ ਘਟਨਾ ਘਟੀਆਂ, ਬੱਸਾਂ 'ਚੋਂ ਕੱਢ ਕੇ ਵੱਠ ਕਰਕੇ ਅਤੇ ਹਿੰਦੂ ਭਰਾਵਾਂ ਦਾ ਕਤਲ ਕੀਤਾ ਗਿਆ, ਪਰ ਉਹ ਸਿੰਘਾਂ ਨੇ ਖਾੜਕੂਆਂ ਨੇ ਨਹੀਂ ਕੀਤਾ, ਕਿਉਂਕਿ ਜਿਹੜਾ ਇਤਰਾਂ ਕਿਸੇ ਦਾ ਕਤਲ ਕਰਦਾ ਵਾ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਚਾਹੇ ਹਿੰਦੂ ਹੋਵੇ,
ਜਿਹੜਾ ਉਹਨਾਂ ਦਾ ਕਤਲ ਕਰਦਾ ਵਾ ਸਿੱਖ ਧਰਮ ਉਹਨੂੰ ਸਿੱਖ ਨਹੀਂ ਮੰਨਦਾ, ਕਿਉਂਕਿ ਸਾਡੀ ਇਹ ਪਰੰਪਰਾ ਨਹੀਂ ਗੀ, ਸਾਡਾ ਇਹ ਸਿਧਾਂਤ ਨਹੀਂ ਗਾ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਾਂ, ਪਰ ਸਰਕਾਰ ਇਹਨਾਂ ਗੱਲਾਂ 'ਚ ਕਾਮਯਾਬ ਹੋ ਗਈ ਅਤੇ ਉਹਦੇ ਵਿੱਚ ਕਈ ਹਿੰਦੂ ਵੀਰ ਵੀ ਮਾਰੇ ਗਏ। ਕੁਝ ਉਂਗਲਿਆਂ 'ਤੇ ਗਿਣਨ ਵਾਲੇ ਹਿੰਦੂ ਵੀਰ ਜਿਨ੍ਹਾਂ ਨੇ ਅੱਗ ਵੀ ਪੰਜਾਬ 'ਚ ਲਾਈ ਸੀ, ਜਿਹਦੇ ਵਿੱਚ ਸੀ ਲਾਲਾ ਜਗਤ ਨਾਰਾਇਣ, ਉਹ ਆਪਦੀ ਆਪਣੀ ਅਖਬਾਰ ਦੇ ਵਿੱਚ ਹਮੇਸ਼ਾ ਹੀ ਸਿੱਖ ਧਰਮ ਬਾਰੇ ਤੋੜ ਮਰੋੜ ਕੇ ਜਿਹੜਾ ਉਹ ਲਿਖਦਾ ਸੀ ਅਤੇ ਸਿੱਖਾਂ ਨੂੰ ਚੜਾਉਂਦਾ ਸੀ, ਆਖਰ ਫਿਰ ਸਿੰਘਾਂ ਨੇ ਉਹਨੂੰ ਵੀ ਗੱਡੀ ਚੜ੍ਹਾਤਾ। ਉਹ ਇੱਕ ਨਿਰਦੋਸ਼ ਨਹੀਂ ਸੀ ਮਰਿਆ, ਉਹਨੇ ਦੋਸ਼ ਕੀਤਾ ਸੀ ਉਹਦੇ 'ਚ ਮਰਿਆ। ਬਾਕੀ ਜਿਹੜੇ ਬੱਸਾਂ 'ਚੋਂ ਕੱਢ ਕੇ ਵੀਰ ਮਾਰੇ, ਬੜੀ ਸਾਨੂੰ ਪੀੜ ਉਹਦੀ, ਕਿਉਂਕਿ ਸਿੱਖ ਇਹ ਕੰਮ ਨਹੀਂ ਕਰਦੇ, ਪਰ ਉਦੋਂ ਹਾਲਾਤ ਹੀ ਇਹੋ ਜਿਹੇ ਬਣਾ ਦਿੱਤੇ ਗਏ ਸੀ। ਅੱਛਾ, ਤੁਹਾਡੇ ਕੋਲੋਂ ਮੈਂ ਤੁਹਾਡੀ ਜਿਹੜੀ ਸੰਗਤ ਰਹੀ ਹੈ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ, ਪਹਿਲੀ ਮੁਲਾਕਾਤ ਕਿਵੇਂ ਹੁੰਦੀ ਹੈ, ਕਿਵੇਂ ਸਬੱਬ ਬਣਦਾ, ਅਤੇ ਨਾਲ ਹੀ ਉਹਨਾਂ ਦੀ ਸ਼ਖਸੀਅਤ ਬਾਰੇ ਜਾਣਨਾ ਚਾਹਾਂਗੇ, ਕਿਉਂਕਿ ਅਜੇ ਵੀ ਉਹਨਾਂ ਦੀ ਜਿਵੇਂ ਉਹ ਗਾਣੇ ਦੇ ਵਿੱਚ ਕਹਿੰਦੇ ਆ ਨਾ, ਫੋਟੋ ਤੋਂ ਡਰਦੇ ਨੇ, ਹੈ ਨਾ, ਅਤੇ ਇੰਨਾ ਡਰ ਕਿਸ ਚੀਜ਼ ਦਾ ਸੀ ਜਾਂ ਕਿਸ ਚੀਜ਼ ਦਾ ਹੈ, ਅਜੇ ਵੀ ਹੈ? ਅਸਲ ਦੇ ਵਿੱਚ ਜਿਹੜਾ ਬੰਦਾ ਮਿਲਿਆ, ਅਸੀਂ ਮਿਲੇ ਨਹੀਂ, ਅਸੀਂ ਸਿਰਫ ਸੁਣਦੇ ਹਾਂ, ਤੁਸੀਂ ਮਿਲੇ ਹੋ, ਤੁਸੀਂ ਉਹਨਾਂ ਦੀ ਸੰਗਤ ਕੀਤੀ ਆ, ਤੁਹਾਡੇ ਨਾਲ ਕੀ ਉਹਨਾਂ ਦੀ ਵਾਰਤਾਲਾਪ ਹੋਈ ਆ, ਜਿਵੇਂ ਉਹ ਸੰਗਤ ਦੇ ਨਾਲ ਗੱਲਾਂ ਬਾਤਾਂ ਕਰਦੇ ਸੀ ਉਹੀ ਗੱਲਾਂ ਬਾਤਾਂ ਹੋਈਆਂ? ਇਹ ਗੱਲ ਆ ਜੀ, ਮੋਰਚੇ ਦੇ ਟਾਈਮ ਸੰਤ ਜਰਨੈਲ ਸਿੰਘ ਹਰ ਰੋਜ਼ ਹੀ ਦਰਬਾਰ ਸਾਹਿਬ ਜਿਹੜੀ ਲੰਗਰ ਦੀ ਇਮਾਰਤ ਆ ਉਹਦੀ ਛੱਤ ਦੇ ਉੱਤੇ ਬਹਿੰਦੇ ਹੁੰਦੇ ਸੀ, ਅਤੇ ਉਹਨਾਂ ਨੂੰ ਕੋਈ ਵੀ ਮਿਲ ਸਕਦਾ ਸੀ, ਕੋਈ ਵੀ ਉਹਨਾਂ ਦੇ ਵਿਚਾਰ ਸੁਣ ਸਕਦਾ ਸੀ। ਅਸੀਂ ਵੀ ਤਕਰੀਬਨ ਕੋਈ 15-20 ਦਿਨ ਬਾਅਦ ਜਾਂ ਮਹੀਨੇ ਬਾਅਦ ਉਹਨਾਂ ਦੀ ਸੰਗਤ ਕਰਦੇ ਰਹੇ। ਇੱਕ ਵਾਰਾਂ ਦੀ ਮੈਨੂੰ ਘਟਨਾ ਯਾਦ ਆ ਕਿ ਸਾਡੇ ਹੀ ਨਗਰ ਦੇ ਵਿੱਚੋਂ ਗ੍ਰਿਫਤਾਰੀ ਦੇਣ ਲਈ ਜਥੇ ਨੇ ਜਾਣਾ ਸੀ, ਅਤੇ ਜਥਾ ਗ੍ਰਿਫਤਾਰੀ ਦਿੰਦਾ ਸੀ ਸ਼ਾਮ ਨੂੰ 5 ਵਜੇ, ਅਤੇ ਅਸੀਂ ਇੱਕ ਦਿਨ ਪਹਿਲਾਂ ਪਹੁੰਚ ਗਏ ਸਾਂ, ਅਤੇ ਸਵੇਰੇ ਤੜਕੇ ਅਸੀਂ ਪਿੰਡ ਦੀ ਸੰਗਤ ਨਾਲ ਅਸੀਂ ਸੰਤਾਂ ਕੋਲ ਪਹੁੰਚ ਗਏ। ਉੱਥੇ ਮੇਰੀ ਪਰਸਨਲ ਤਾਂ ਮੁਲਾਕਾਤਾਂ ਹੁੰਦੀਆਂ ਹੀ ਸੀ, ਪਰ ਉਹ ਸੰਗਤੀ ਰੂਪ ਦੇ ਵਿੱਚ ਅਸੀਂ ਜਦੋਂ ਗਏ ਤਾਂ ਸੰਤ ਜਰਨੈਲ ਸਿੰਘ ਹੁਣੀ ਬੈਠੇ ਸੀ, ਤਕਰੀਬਨ ਕੋਈ 70-80 ਤੋਂ ਲੱਗ ਕੇ 100 ਕੁ ਬੰਦਾ ਹੋਊਗਾ, ਕੋਈ 10 ਬੰਦੇ ਆ ਜਾਂਦੇ ਸੀ ਸੰਗਤ ਦੇ, ਕੋਈ 10 ਚਲੇ ਜਾਂਦੇ ਸੀ, ਅਤੇ ਸੰਤ ਜਰਨੈਲ ਸਿੰਘ ਹੁਣਾਂ ਨੇ ਛੱਤ ਤੋਂ ਐਂ ਆਸੇ ਪਾਸੇ ਸਿਰ ਘੁਮਾ ਕੇ ਇਹ ਵਚਨ ਕੀਤਾ ਕਿ ਅੰਮ੍ਰਿਤਸਰ ਵਾਲੇ ਜਿਹੜੇ ਲੋਕ ਆ ਇਹ ਕਬੂਤਰ ਬਹੁਤ ਰੱਖਦੇ ਆ, ਉਹਨਾਂ ਨੇ ਸਾਡੇ ਮੇਰੇ ਨਾਲ ਇੱਕ ਬਜ਼ੁਰਗ ਸੀ ਸਰਦਾਰ ਗੁਰਪਾਲ ਸਿੰਘ ਨਾਰੀਆ, ਮੈਂ ਉਹਦੇ ਕੋਲ ਬੈਠਾ ਸਾਂ ਅਤੇ ਮੈਂ ਉਹਦਾ ਭੇਤੀ ਸਾਂ ਕਿ ਬਾਪੂ ਜੀ ਜਦੋਂ ਸ਼ੁਰੂ ਹੋ ਜਾਣ ਫਿਰ ਰੁਕਦੇ ਨਹੀਂ, ਅਤੇ ਮੈਂ ਉਹਨਾਂ ਦਾ ਐਂ ਕਰਕੇ ਗੋਡਾ ਨੱਪਦਾ ਹਾਂ ਵੀ ਆਪਾਂ ਵਜਨ ਸੁਣਨਾ ਆ, ਕਰਨ ਨਹੀਂ ਆਏ, ਅਤੇ ਸਿੰਘਾਂ ਦੀ ਨਿਗਾਹ ਮੇਰੇ 'ਤੇ ਪੈ ਗਈ, ਅਤੇ ਉਹ ਸਿੰਘਾਂ ਨੇ ਮੈਨੂੰ ਉਠਾ ਕੇ ਕਹਿਤਾ ਵੀ ਤੂੰ ਉਹ ਕੋਨੇ 'ਚ ਜਾ ਕੇ ਬਹਿ ਜਾ। ਮੈਂ ਉੱਥੇ ਜਾ ਕੇ ਬਹਿ ਗਿਆ, ਬਾਪੂ ਨੂੰ ਸੰਤਾਂ ਨੇ ਗੱਲਾਂ 'ਚ ਲੈ ਕੇ ਕਿਹਾ ਵੀ ਆਂਦੇ ਇਹ ਜੀ ਐਂਟੀਨੇ ਆ ਟੈਲੀਵਿਜ਼ਨ ਦੀ, ਇਹ ਕਬੂਤਰ ਨਹੀਂ ਕਿ ਰੱਖੇ ਹੋਏ, ਆਂਦੇ ਅੱਛਾ ਬਾਪੂ ਜੀ, ਆਂਦੇ ਜੀ ਫਿਰ ਦੱਸੋ ਜੀ ਵੀ ਟੈਲੀਵਿਜ਼ਨ 'ਚ ਕੀ ਆਉਂਦਾ, ਆਪਣੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਤਾਂ ਆਉਂਦਾ ਹੀ ਹੋਊ, ਆਂਦੇ ਨਹੀਂ ਜੀ ਆਉਂਦਾ ਨਹੀਂ, ਆਂਦੇ ਫਿਰ ਸੁਖਣੀ ਸਾਹਿਬ ਦਾ ਪਾਠ ਆਉਂਦਾ ਹੋਊ,
ਕਹਿੰਦੇ ਨਹੀਂ ਜੀ। ਕਹਿੰਦੇ ਫਿਰ ਕੀਰਤਨ ਆਉਂਦਾ ਹੋਊ? ਕਹਿੰਦੇ ਜੀ ਉਹ ਵੀ ਨਹੀਂ, ਕਿਉਂਕਿ ਉਦੋਂ ਆਉਂਦਾ ਨਹੀਂ ਸੀ ਸਰਕਾਰੀ ਚੈਨਲ 'ਤੇ। ਉਹ ਕਹਿੰਦੇ ਫਿਰ ਆਉਂਦਾ ਕੀ ਆ? ਸੰਤ ਜੀ ਕਹਿੰਦੇ ਮੈਂ ਆ ਲੋਕਾਂ ਤੋਂ ਸੁਣਿਆ ਵੀ ਉੱਥੇ ਇਹ ਵੇਖਿਆ ਵੀ ਉੱਥੇ ਲੜਕੀਆਂ ਭੰਗੜਾ ਪਾਉਂਦੀਆਂ ਵਾ, ਮਤਲਬ ਅਸ਼ਲੀਲ ਜਿਹਾ ਮਾਹੌਲ ਜਿਹੜਾ ਉਹਦੇ ਉੱਤੇ ਵਿਖਾਇਆ ਜਾਂਦਾ। ਅਤੇ ਮੈਂ ਧੀ ਹੋਣ ਦੇ ਨਾਤੇ ਤੈਨੂੰ ਮੈਂ ਗੱਲ ਕਹਿੰਦਾ ਕਿ ਸੰਤਾਂ ਨੇ ਜਿਹੜੇ ਲਫ਼ਜ਼ ਕਹੇ ਮੈਨੂੰ ਕੁਝ ਉਸ ਗੱਲ ਕਰਨ ਲੱਗਿਆ ਮਹਿਸੂਸ ਵੀ ਹੋ ਰਿਹਾ ਵੀ ਧੀਆਂ ਨਾਲ ਇਹ ਗੱਲ ਨਹੀਂ ਕਰੀ ਤੀ। ਪਰ ਸੰਤ ਜਰਨੈਲ ਸੋਹਣਾ ਇਹ ਗੱਲ ਕਹੀ ਕਿ ਟੈਲੀਵਿਜ਼ਨ ਰਾਤ ਨੂੰ ਵੇਖ ਕੇ ਤੁਸੀਂ ਤਾਂ ਪਰਿਵਾਰ 'ਚ ਸੌਂਗੇ, ਜਿਹੜੀ ਤੁਹਾਡੇ ਘਰ ਨੌਜਵਾਨ ਭੈਣ ਜਾਂ ਲੜਕੀ ਆ ਉਹ ਫਿਰ ਘਰ ਦੇ ਵਿੱਚ ਰਾਤ ਕੱਟੂਗੀ ਗਲੀਆਂ 'ਚ, ਅਤੇ ਸਾਡਾ ਸਿਰ ਜਿਹੜਾ ਸ਼ਰਮ ਨਾਲ ਝੁੱਕ ਕੇ ਥੱਲੇ ਲੱਗ ਗਿਆ। ਪਰ ਅੱਜ ਸਮਾਂ ਤਬਦੀਲ ਹੋ ਗਿਆ, ਅੱਜ ਹਰ ਚੈਨਲ ਦੇ ਉੱਤੇ ਹਰ ਧਰਮ ਦੇ ਜਿਹੜੇ ਆ ਧਾਰਮਿਕ ਪ੍ਰੋਗਰਾਮ ਬਹੁਤ ਆਉਂਦੇ ਆ, ਬਹੁਤ ਚੇਂਜ ਆਈ ਆ। ਅਤੇ ਇਹਦੇ ਲਈ ਅਸੀਂ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਵੀ ਜਾਂ ਚਲਾਉਣ ਵਾਲੇ ਆ, ਬਈ ਹੁਣ ਬਹੁਤ ਫਰਕ ਪੈ ਗਿਆ। ਹੁਣ ਤੁਸੀਂ ਜਿਹੜੇ ਮਰਜ਼ੀ ਵਿਦਵਾਨ ਦੀ ਕਥਾ ਸੁਣ ਸਕਦੇ ਜੇ, ਜਿਹੜੇ ਮਰਜ਼ੀ ਰਾਗੀ ਸਿੰਘ ਦੇ ਤੁਸੀਂ ਕੀਰਤਨ ਸੁਣ ਸਕਦੇ ਜੇ, ਅਤੇ ਸਾਰੇ ਗੁਰਧਾਮ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਉਹ ਵੀ ਟੀ ਵੀ 'ਤੇ ਵਿਖਾਏ ਜਾਂਦੇ ਆ। ਇਹੋ ਜਿਹਾ ਵੇਖ ਕੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਜੀ। ਅੱਛਾ, ਇਹ ਮੁਲਾਕਾਤ ਦਾ ਇੱਕ ਤੁਸੀਂ ਜ਼ਿਕਰ ਕੀਤਾ, ਮੈਂ ਨਾਲ ਨਾ ਪੰਜਾਬ ਬਾਰੇ ਪੁੱਛੂੰਗੀ ਕਿ ਪੰਜਾਬ ਬਾਰੇ ਉਹ ਕੀ ਸੋਚਦੇ ਸੀ। ਤੁਸੀਂ ਕਿਹਾ ਕਿ ਮੇਰੀ ਨਿੱਜੀ ਮੁਲਾਕਾਤਾਂ ਵੀ ਉਹਨਾਂ ਦੇ ਨਾਲ ਹੁੰਦੀਆਂ ਰਹਿੰਦੀਆਂ ਸੀ, ਬਹੁਤ ਸਾਰੇ ਲੋਕਾਂ ਨੇ ਉਹਨਾਂ 'ਤੇ, ਚਲੋ ਖੈਰ ਉਹਨਾਂ ਦੀਆਂ ਅਸੀਂ ਜਿਹੜੇ ਉਹਨਾਂ ਦੇ ਟੈਗ ਆ ਅਸੀਂ ਉਹਨਾਂ ਦੇ ਹਿਸਾਬ ਨਾਲ ਮੰਨਦੇ ਤਾਂ ਨਹੀਂ ਆ, ਪਰ ਫਿਰ ਵੀ ਜਿਹੜੇ ਤੁਸੀਂ ਵਿੱਚ ਗੱਲ ਕੀਤੀ ਕਿ ਜਿਹੜੇ ਰਾਜਨੀਤਿਕ ਲੋਕ ਸੀ ਉਹ ਕਹਿੰਦੇ ਤੁਸੀਂ ਇੱਕ ਧਾਰਮਿਕ ਆਗੂ ਹੋ, ਤੁਸੀਂ ਰਾਜਨੀਤਿਕ ਆਗੂ ਨਹੀਂ ਹੋ ਸਕਦੇ, ਜਦਕਿ ਸੰਗਤ ਜਿਹੜੀ ਸੀ ਉਹਨਾਂ ਨੂੰ ਰਾਜਨੀਤਿਕ ਅਤੇ ਧਾਰਮਿਕ ਦੋਨੇ ਆਗੂ ਮੰਨ ਬੈਠੀ ਸੀ ਜਾਂ ਮੰਨਦੀ ਸੀ ਹਨਾ। ਅਤੇ ਉਹ ਰਾਜਨੀਤਿਕ ਲੋਕਾਂ ਨੂੰ ਕੀ ਸਮੱਸਿਆ ਸੀ ਕਿ ਉਹ ਰਾਜਨੀਤਿਕ ਲੀਡਰ ਜੇ ਬਣ ਜਾਂਦੇ ਨੇ ਤਾਂ ਰਾਜਨੀਤਿਕ ਲੋਕਾਂ ਨੂੰ ਕੀ ਦਿੱਕਤ ਸੀ ਜਾਂ ਕਿਹੜੇ ਰਾਜਨੀਤਿਕ ਲੋਕਾਂ ਨੂੰ ਉਹਨਾਂ ਤੋਂ ਪਰੇਸ਼ਾਨੀ ਸੀ? ਇਹ ਵੇਖੋ ਜੀ, ਹੁਣ ਤਾਂ ਹਰ ਜਿਹੜੀ ਚੀਜ਼ ਆ ਉਹ ਸਾਫ਼ ਹੋ ਚੁੱਕੀ ਆ। ਤੁਹਾਨੂੰ ਇਸ ਗੱਲ ਦਾ ਪਤਾ ਕਿ ਗਿਆਨੀ ਜੈਲ ਸਿੰਘ ਉੱਥੇ ਗਲਤੀ ਮੰਨਣ ਆਏ ਸੀ ਅਤੇ ਉਹਨਾਂ ਦੇ ਕੋਲ ਚਿੱਠੀਆਂ ਸੀ ਅਤੇ ਉਹਨਾਂ ਨੇ ਉਹ ਭਾਈ ਬਾਜ ਸਿੰਘ ਨੇ ਬੜੇ ਡਿਟੇਲ ਨਾਲ ਦੱਸ ਵੀ ਦਿੱਤਾ, ਉਹ ਲੰਗੋਵਾਲ ਬਾਦਲ ਅਤੇ ਜਿੰਨੇ ਸੀ ਲੀਡਰ, ਬਲਵੰਤ ਸਿੰਘ ਇੱਕ ਹੁੰਦਾ ਸੀ ਰਾਮੂਵਾਲੀਆ ਨਹੀਂ ਇੱਕ ਹੋਰ ਹੁੰਦਾ ਸੀ, ਉਹ ਮਤਲਬ ਇਹਨਾਂ ਨੇ ਵਾਰ ਵਾਰ ਚਿੱਠੀਆਂ ਪਾ ਕੇ ਅਟੈਕ ਕਰਨ ਲਈ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ। ਉੱਧਰ ਬੀਜੇਪੀ ਦੇ ਜਿਹੜੇ ਅਡਵਾਨੀ ਸੀ ਉਹਨਾਂ ਮਾਈ ਲਾਈਫ ਇਜ਼ ਮਾਈ ਕੰਟਰੀ ਕਿਤਾਬ ਦੇ ਵਿੱਚ ਲਿਖ ਹੀ ਦਿੱਤਾ ਵਾ ਕਿ ਇੰਦਰਾ ਅਟੈਕ ਨਹੀਂ ਸੀ ਕਰਦੀ, ਅਸੀਂ ਉਹਨੂੰ ਅਟੈਕ ਕਰਨ ਲਈ ਮਜਬੂਰ ਕਰ ਦਿੱਤਾ ਸੀ। ਹੁਣ ਇਹਨਾਂ ਨੂੰ ਇਹ ਸੀ ਕਿ ਜੇ ਸੰਤ ਜਰਨੈਲ ਸਿੰਘ ਗਾੜੀ ਆ ਗਿਆ, ਇਹਨਾਂ ਦਾ ਨੇਤਾ ਬਣ ਗਿਆ, ਉਹ ਇੱਕ ਸੱਚਾ ਸੁੱਚਾ ਨੇਤਾ ਸੀ, ਉਹਨੇ ਨਾ ਰੁਪਈਆ ਖਾਣਾ ਸੀ ਨਾ ਕਿਸੇ ਨੂੰ ਖਾਣ ਦੇਣਾ ਸੀ। ਅੱਜ ਉਹਨੂੰ ਦੁਨੀਆ ਤੋਂ ਗਏ ਨੂੰ 40 ਸਾਲ ਹੋ ਗਏ ਆ, ਪਰ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਉਹਦੇ ਪਰਿਵਾਰ ਦੇ ਬਾਰੇ ਅੱਜ ਵੀ ਕਿਤੇ ਤੁਸੀਂ ਜਾ ਕੇ ਪਤਾ ਕਰ ਲਓ, ਉਹਨਾਂ ਕੋਲ ਉਹੋ ਹੀ ਦਾਦੇ ਪੜਦਾਦੇ ਜਿਹੜੀ ਜਾਇਦਾਦ ਆ ਉਹ ਵੀ ਅੱਜ ਉਹਨਾਂ ਕੋਲ, ਉਹਨਾਂ ਦੇ ਬੱਚਿਆਂ ਦੇ ਕੋਲ, ਉਹਨਾਂ ਨੇ ਇੱਕ ਪੈਸਾ ਵੀ ਜਿਹੜਾ ਵਾ ਇਹਦੇ ਵਿੱਚ ਨਹੀਂ ਘਰ ਵਾਲਿਆਂ ਨੂੰ ਨਹੀਂ ਦਿੱਤਾ।
ਹੁਣ ਬਾਦਲ ਉਹਨਾਂ ਨੂੰ ਆਪਦੀਆਂ ਮੁੱਖ ਮੰਤਰੀ ਦੀ ਗੱਦੀ ਅਤੇ ਜਾਂ ਇਹ ਜਿਹੜਾ ਹੈ ਬਾਦਲ ਆ ਜੀ ਇਹਦੀ ਨਾ ਰੱਬ ਨੇ ਡਿਊਟੀ ਲਾਈ ਆ ਕਿ ਤੂੰ ਸਿੱਖ ਕੌਮ ਨੂੰ ਖਤਮ ਕਰਨਾ ਸਿੱਖ ਕੌਮ ਦੇ ਭੇਸ 'ਚ ਔਰ ਇਹਨੇ ਜਿਹੜਾ ਵਾ ਉਹਨੂੰ ਕੌਮ ਨੂੰ ਖਤਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਇਸ ਜੁੰਡਲੀ ਨੇ ਇਹ ਮੋਰਚਾ ਚੱਲ ਰਿਹਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਕੱਲੇ ਨੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਅਤੇ ਇਹ ਕਿਹਾ ਵੀ ਮੈਂ ਹੀ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਇਹਦੀ ਗੱਲ ਸੁਣ ਕੇ ਪੰਜਾਬ ਦੇ ਹਜ਼ਾਰਾਂ ਲੋਕ ਜਿਹੜੇ ਆ ਨੌਜਵਾਨ ਉਹ ਘਰਾਂ ਦੇ ਵਿੱਚ ਉਹ ਬਾਗੀ ਹੋ ਗਏ ਇਹਨੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਮਰਵਾ ਘੱਤਿਆ ਅਤੇ ਆਪ ਉਸੇ ਸੰਵਿਧਾਨ ਦੀ ਸਹੁੰ ਚੁੱਕ ਕੇ ਤਿੰਨ ਵਾਰਾਂ ਬਾਅਦ 'ਚ ਫਿਰ ਮੁੱਖ ਮੰਤਰੀ ਬਣਿਆ ਔਰ ਬਾਦਲ ਦੀਆਂ ਜ਼ਿੰਦਗੀ ਬਾਰੇ ਕੀਤੀਆਂ ਸਿੱਖ ਕੌਮ ਦੇ ਨਾਲ ਗਦਾਰੀਆਂ ਜਾਂ ਸਿੱਖ ਕੌਮ ਦਾ ਘਾਣ ਤਰਤੀਬ ਵਾਰ ਆਪਾਂ ਜੇ ਦੱਸਣਾ ਸ਼ੁਰੂ ਕਰੀਏ ਇਹਦੇ ਲਈ ਕਈ ਘੰਟੇ ਲੱਗ ਜਾਣਗੇ ਕਿਉਂਕਿ ਇਹਨੇ ਧਾਰਮਿਕ ਆਰਥਿਕ ਹਰ ਪੱਖੋਂ ਕਿਹੜੀ ਕਿਹੜੀ ਇਹਦੀ ਗੱਲ ਕਰੀਏ ਇਹਨੇ 2 ਕਰੋੜ ਰੁਪਈਆ ਆਪੇ ਲੈ ਲਿਆ ਹਰਿਆਣੇ ਵਾਲਿਆਂ ਤੋਂ ਅਤੇ ਐਸ ਵਾਈ ਐਲ ਨਹਿਰ ਜਿਹੜੀ ਆ ਉਹਦਾ ਚੈੱਕ ਲੈ ਲਿਆ ਅਤੇ ਆਪੇ ਹੀ ਮੁੜ ਕੇ ਦੂਜੇ ਪਾਸੇ ਤੁਰ ਪਿਆ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਇਹਦੇ ਵਿੱਚ ਬਰਾਬਰ ਦਾ ਜ਼ਿੰਮੇਵਾਰ ਕੈਪਟਨ ਅਰਮਿੰਦਰ ਸਿੰਘ ਵੀ ਆ ਕਿ ਚਾਂਦੀ ਦੀ ਕਈ ਲੈ ਕੇ ਜਦੋਂ ਇੰਦਰਾ ਨੇ ਟੱਕ ਲਾਇਆ ਅਰਮਿੰਦਰ ਸਿੰਘ ਨਾਲ ਸੀ ਸੋ ਇਹਨਾਂ ਦੀ ਜਿਹੜੇ ਰਾਜਨੀਤਿਕ ਆਗੂ ਆ ਨਾ ਇਹਨਾਂ ਉੱਤੇ ਜਿਹੜਾ ਵਿਸ਼ਵਾਸ ਕਰਦਾ ਉਹ ਹੀ ਗਲਤ ਆ ਉਹ ਗਲਤ ਨਹੀਂ ਗੇ ਜਿਹੜਾ ਰਾਜਨੀਤਿਕ ਬੰਦੇ ਦੇ ਉੱਤੇ ਵਿਸ਼ਵਾਸ ਕਰਦਾ ਔਰ ਸਿੱਖ ਕੌਮ ਨੇ ਵਿਸ਼ਵਾਸ ਕਰਕੇ ਆਪਦਾ ਸਾਰਾ ਕੁਝ ਗਵਾ ਲਿਆ ਸਾਡੇ ਨਾਲ ਬੜੀਆਂ ਘਟਨਾ ਘਟੀਆਂ ਅਸੀਂ ਕਿਹੜੀ ਕਿਹੜੀ ਦੀ ਗੱਲ ਕਰੀਏ ਕਲਕੱਤਾ ਕਾਨਫਰੰਸ ਹੋਈ ਜਿਹਦੇ ਵਿੱਚ ਨਹਿਰੂ ਨੇ ਗੱਲ ਕਹੀ ਕਿ ਉੱਤਰ ਭਾਰਤ ਦੇ ਵਿੱਚ ਇੱਕ ਐਸਾ ਖਿੱਤਾ ਅਸੀਂ ਤਿਆਰ ਕਰਾਂਗੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ ਆਜ਼ਾਦੀ ਮਿਲ ਗਈ ਸਭ ਕੁਝ ਹੋ ਗਿਆ ਬਾਅਦ ਦੇ ਵਿੱਚ ਸਿੱਖ ਲੀਡਰ ਜਦੋਂ ਮਿਲੇ ਤਾਂ ਸਾਫ਼ ਹੀ ਮੁਕਰ ਗਿਆ ਆਂਦਾ ਅਭੀ ਉਹ ਵਕਤ ਨਹੀਂ ਰਹਾ ਮੈਂ ਆਪਕੋ ਕੁਝ ਨਹੀਂ ਦੇ ਸਕਦਾ ਇਹ ਸਾਰਿਆਂ ਲੀਡਰਾਂ ਦੀਆਂ 100 ਘਟਨਾਵਾਂ ਜੀ ਪਰ ਜਿੰਨਾ ਨੁਕਸਾਨ ਸਿੱਖੀ ਭੇਸ ਦੇ ਵਿੱਚ ਬਾਦਲ ਅਤੇ ਬਾਦਲ ਜੁੰਡਲੀ ਨੇ ਕੀਤਾ ਵਾ ਅੱਜ ਤੁਸੀਂ ਵੇਖ ਲਓ ਮੈਂ ਤੁਹਾਨੂੰ ਇਹ ਸੱਚ ਦੱਸਦਾ ਜੇ ਕਿ ਮੈਂ ਝਾੜੂ ਵਾਲਿਆਂ ਦਾ ਮੈਂ ਮਤਬਲ ਹੈਗਾ ਵਾਂ ਵਰਕਰ ਪਰ ਸੱਚ ਇਹ ਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਨਾਂ ਸੁਣਦਾ ਮੇਰੀ ਰੂਹ ਜਿਹੜੀ ਆ ਅੰਦਰ ਤੱਕ ਕੰਬ ਜਾਂਦੀ ਆ ਕਿ ਸ਼ਹੀਦੀਆਂ ਦੇ ਸੈਂਕੜੇ ਸ਼ਹੀਦੀਆਂ ਦੇ ਕੇ ਇਹ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਲਿਆਂਦਾ ਅਤੇ ਜਿਹਨੇ ਸਿੱਖ ਧਰਮ ਦੀ ਸੇਵਾ ਕਰਨੀ ਸੀ ਪਰ ਅਜਿਹੋ ਜਿਹੇ ਪਾਪੀਆਂ ਦੇ ਹੱਥ ਆ ਗਿਆ ਜਿਨ੍ਹਾਂ ਨੇ ਸਰਬਨਾਸ਼ ਕਰ ਦਿੱਤਾ ਜਦੋਂ ਅਸੀਂ ਅਕਾਲੀ ਦਲ ਨੂੰ ਮਾੜਾ ਕਹਿੰਦੇ ਹਾਂ ਅੰਦਰੋਂ ਸਾਡੀ ਆਤਮਾ ਸਾਨੂੰ ਫਟਕਾਰਾਂ ਵੀ ਪਾਉਂਦੀ ਆ ਵੀ ਇਹ ਤਾਂ ਸ਼ਹੀਦਾਂ ਦੀ ਜਿੱਥੇ ਬੰਦੀ ਆ ਪਰ ਕਰੀਏ ਕੀ ਇਸ ਟੋਲੇ ਦੇ ਨਾਲ ਸਾਨੂੰ ਸ਼੍ਰੋਮਣੀ ਅਕਾਲੀ ਦਲ ਲਾਉਣਾ ਪੈਂਦਾ ਰੱਬ ਕਿਤੇ ਮਿਹਰ ਕਰੇ ਵਾਹਿਗੁਰੂ ਦੀ ਕਿਰਪਾ ਹੋਵੇ ਬਾਦਲ ਜੁੰਗਲੀ ਤੋਂ ਖਹਿੜਾ ਛੁੱਟ ਜੇ ਪੰਥ ਦਾ ਅਤੇ ਸੱਚੇ ਸੁੱਚੇ ਬੰਦੇ ਅਕਾਲੀ ਦਲ ਦੇ ਵਿੱਚ ਗਾੜੀ ਆਉਣ
ਇਹ ਸਾਡੇ ਮਨ ਦੀਆਂ ਇੱਛਾਵਾਂ ਵਾ ਜੀ। 1984 'ਤੇ ਆਵਾਂਗੀ ਜਦੋਂ ਅਟੈਕ ਹੁੰਦਾ, ਸਭ ਨੂੰ ਉਹ 6 ਦਿਨਾਂ ਦੀ ਇਕੱਲੀ ਇਕੱਲੀ ਗੱਲ ਹੈ ਜਿਹੜੀ ਉਹ ਮੂੰਹ ਜ਼ਬਾਨੀ ਯਾਦ ਹੈ। ਹਾਂਜੀ, ਕਹਿੰਦੇ ਕਿ ਤੁਸੀਂ ਉਸ ਸਮੇਂ ਦੇ ਵਿੱਚ ਲੰਗਰ ਦੀ ਸੇਵਾ ਵੀ ਸੰਗਤ ਦੇ ਲਈ ਕੀਤੀ ਸੀ, ਇੰਨੇ ਜਿਹੜਾ ਉਦੋਂ ਕਹਿ ਸਕਦੇ ਹਾਂ ਵੀ ਹੜਕੰਬ ਮੱਚਿਆ ਹੋਇਆ ਸੀ। ਹਾਂਜੀ, 1 ਜੂਨ ਨੂੰ ਅਟੈਕ ਹੁੰਦਾ, ਤੁਸੀਂ ਉਸ ਦਿਨ ਕਿੱਥੇ ਸੀ, ਤੁਹਾਨੂੰ ਅਟੈਕ ਦਾ ਕਦੋਂ ਕਿਵੇਂ ਪਤਾ ਲੱਗਦਾ, ਮੈਂ ਬਾਹਰੋਂ ਕੀ ਮਹਿਸੂਸ ਕੀਤਾ ਲੋਕਾਂ ਨੇ, ਉਹ ਜਾਣਨਾ ਚਾਹਾਂਗੇ। ਅਸੀਂ ਜੀ ਜਿੱਦਣ ਸਾਨੂੰ ਪਤਾ ਲੱਗਦਾ ਨਾ, ਸਾਡੇ ਪੱਟੀ ਥਾਣੇ ਤੋਂ SHO ਸਾਹਿਬ ਸਾਡੇ ਸਭਰਾ ਚੌਂਕੀ ਦੇ ਵਿੱਚ ਆਏ, ਉਹਨਾਂ ਦੇ ਨਾਲ ਜਿਹੜੀ ਪੁਲਿਸ ਆਈ ਸੀ ਉਹਨਾਂ 'ਚੋਂ ਇੱਕ ਬੰਦਾ ਸਾਡੇ ਵੱਡੇ ਭਰਾ ਸਰਦਾਰ ਪਿਆਰਾ ਸਿੰਘ ਦੇ ਘਰ ਆਇਆ। ਉਹ ਕਹਿੰਦਾ ਵੀ SHO ਸਾਹਿਬ ਆਏ ਆ ਅਤੇ ਮਾਲਵੇ ਦੇ ਵਿੱਚੋਂ ਬਹੁਤ ਜਿਹੜੀ ਸੰਗਤ ਆ ਉਹ ਦਰਿਆ ਪੈਦਲ ਦਰਿਆ ਲੰਘ ਕੇ ਅਤੇ ਦਰਬਾਰ ਸਾਹਿਬ ਨੂੰ ਆਉਣੀ ਸ਼ੁਰੂ ਹੋ ਗਈ ਆ। ਇਹਦੇ ਉਹ ਜੀਭ ਦਾ ਤੇਲ ਮੁੱਕ ਗਿਆ ਅਤੇ ਮੈਨੂੰ ਡੀਜ਼ਲ ਚਾਹੀਦਾ। ਮੈਂ ਕੁਦਰਤੀ ਉੱਥੇ ਬੈਠਾ ਸਾਂ, ਮੇਰੇ ਨਾਲ ਇੱਕ ਛੋਟੀ ਉਮਰ ਦਾ ਸੀ ਮੈਥੋਂ ਨਿਰਮਲ ਸਿੰਘ, ਅੱਜ ਉਹ ਦੁਨੀਆਂ 'ਚ ਹੈ ਨਹੀਂ। ਮੈਂ ਉਹਨੂੰ ਗੱਲ ਕਹੀ, ਮੈਂ ਕਿਹਾ ਇਹ ਜਿਹੜੀ CID ਹੈ ਇਹ ਝੂਠੀ ਨਹੀਂ ਹੋ ਸਕਦੀ, ਆਪਾਂ ਨੂੰ ਇਸ ਕਰਕੇ ਉੱਥੇ ਦਰਿਆ 'ਤੇ ਜਾਣਾ ਚਾਹੀਦਾ। ਅਸੀਂ ਦੋਵੇਂ ਜਾਣੇ ਦਰਿਆ 'ਤੇ ਚਲੇ ਗਏ। ਦਰਿਆ 'ਤੇ ਜਦੋਂ ਅਸੀਂ ਗਏ ਹਾਂ ਅਤੇ 5-5, 10-10 ਬੰਦਿਆਂ ਦੇ ਟੋਲੇ ਜਿਹੜੇ ਆ ਉਹ ਪੈਦਲ ਦਰਿਆ ਨੂੰ ਪਾਰ ਕਰਕੇ ਜਾ ਰਹੇ ਸੀ। ਸ਼ਾਮ ਦਾ ਟਾਈਮ ਸੀ ਅਤੇ ਅਸੀਂ ਫਿਰ ਲਾਗੇ ਬਾਈਕਾਂ ਵਾਲਿਆਂ ਦਾ ਨਾਲ ਆਸਰਾ ਲੈ ਕੇ ਅਤੇ ਉੱਥੇ ਚਾਹ ਦਾ ਪ੍ਰਬੰਧ ਇਕੱਲੀ ਦਾ ਕਰਤਾ, ਚਾਹ ਦੀ ਸੇਵਾ ਅਸੀਂ ਰਾਤ ਕਰਦੇ ਰਹੇ, ਸਵੇਰੇ ਵੀ 11-12 ਵਜੇ ਤੱਕ ਕੀਤੀ। ਉਹਨਾਂ ਚਿਰ ਨੂੰ ਸਾਡੇ ਸਭਰਾ ਪਿੰਡ ਦੇ ਵਾਸੀਆਂ ਨੇ ਇਕੱਠਿਆਂ ਹੋ ਕੇ ਸਰਦਾਰ ਜੈਮਲ ਸਿੰਘ ਕਵੀਸ਼ਰ ਦੀ ਬੈਗ ਉਹ ਢਾਈ ਦੇ ਉੱਤੇ ਸੀ, ਉੱਥੇ ਲੰਗਰ ਦਾ ਇੰਤਜ਼ਾਮ ਕਰ ਦਿੱਤਾ, ਲੰਗਰ ਦੇ ਚਾਹ ਦੋਵੇਂ। ਫਿਰ ਅਸੀਂ ਵੀ ਉੱਥੇ ਆ ਗਏ, ਅਸੀਂ ਉੱਥੇ 2 ਦਿਨ ਸੇਵਾ ਕੀਤੀ, ਲੰਗਰ ਜੋ ਤੋਂ ਬਾਅਦ ਵੀ ਚੱਲਦਾ ਰਿਹਾ। ਅਸੀਂ ਫਿਰ ਪਿੰਡ ਸਭਰਾ ਦੇ ਵਿੱਚੋਂ ਜਥਾ ਲੈ ਕੇ ਅਸੀਂ ਵੀ ਮਾਰਚ ਕੀਤਾ ਅੰਮ੍ਰਿਤਸਰ ਨੂੰ। ਪਰ ਪਿੰਡ ਸਖੀਰਾ ਤੋਂ ਗਾਂ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾਂਦਾ, ਫੌਜ ਦਾ ਬਹੁਤ ਜ਼ਿਆਦਾ ਤਰਨ ਤਾਰਨ ਘੇਰਾ ਪਾਇਆ ਹੋਇਆ ਸੀ ਔਰ ਬਹੁਤ ਸਾਰੇ ਸਿੰਘਾਂ ਦੇ ਜਿਹੜੇ ਗਾਂ ਚਲੇ ਗਏ ਉਹਨਾਂ ਦੇ ਕਿਸੇ ਦੀ ਲੱਤ ਤੋੜਤੀ, ਕਿਸੇ ਦੀ ਬਾਂਹ ਤੋੜਤੀ, ਔਰ ਜਿਹੜੇ ਰਵਾਇਤੀ ਹਥਿਆਰ ਆ ਸਾਡੇ ਕਿਰਪਾਨਾਂ ਵਗੈਰਾ ਉਹ ਖੋਹ ਲਏ ਜਾਂਦੇ ਸੀ। ਅਤੇ ਵੈਸੇ ਇਹ ਸਾਡੇ ਵਾਲੇ ਪਾਸੇ ਫੌਜ ਦੇ ਹੱਥੋਂ ਇਤਰਾ ਬਾਹਰ ਇਤਰਾ ਕੋਈ ਸ਼ਹੀਦ ਨਹੀਂ ਹੋਇਆ, ਸੱਟਾਂ ਪੇਟਾਂ ਬਹੁਤ ਲੱਗੀਆਂ ਸੀ। ਸ਼ਹੀਦ ਜਿੰਨੇ ਹੋਏ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ ਹੀ ਹੋਏ ਆ, ਜਾਂ ਦੂਜੇ ਗੁਰਦੁਆਰਿਆਂ ਦੇ ਵਿੱਚ ਵੀ ਹੋਰ ਵੀ 35-36 ਗੁਰਦੁਆਰੇ ਆ, ਉਹਨਾਂ ਦੇ ਅੰਦਰ ਵੀ ਸਿੰਘ ਸ਼ਹੀਦ ਹੋਏ ਆ। ਅੱਛਾ, ਹਾਂਜੀ। ਕਹਿੰਦੇ ਉਹ ਅਟੈਕ ਬਹੁਤ ਖਤਰਨਾਕ ਸੀ ਔਰ ਬਹੁਤ ਦੂਰ ਤੱਕ ਉਹਦੇ ਧਮਾਕੇ ਆ ਜਿਹੜੇ ਉਹ ਸੁਣਨ ਨੂੰ ਮਿਲਦੇ ਸੀ। ਤੁਸੀਂ ਉੱਥੇ ਲੰਗਰ ਵੀ ਲਾਉਂਦੇ ਰਹੇ ਹੋ, ਹੈ ਨਾ, ਚੱਪੇ ਚੱਪੇ 'ਤੇ ਫੌਜ ਤੈਨਾਤ ਸੀ, ਅਟੈਕ ਦੇ 6 ਦਿਨ ਸੀ। ਹਾਂਜੀ, ਇੱਥੋਂ ਤੱਕ ਕਹਿੰਦੇ ਆਵਾਜ਼ਾਂ ਆਉਂਦੀਆਂ ਰਹੀਆਂ, ਇੰਨਾ ਖਤਰਨਾਕ ਸੀ। ਸਾਡੇ ਪਿੰਡ ਸਭਰਾ ਤੱਕ ਜੀ ਜਦੋਂ ਵੱਡਾ ਗੋਲਾ ਚੱਲਦਾ ਸੀ ਅਤੇ ਸਾਡੇ ਦਰਵਾਜ਼ਿਆਂ ਦੇ ਵਿੱਚ ਧਮਕ ਆਉਂਦੀ ਸੀ ਉਹਦੀ। ਅੱਛਾ, ਐਡੇ ਮਤਲਬ ਇਹ ਅਸੀਂ ਹਿਸਾਬ ਲਾ ਲਓ 60 ਕਿਲੋਮੀਟਰ ਦੂਰ ਹਾਂ ਦਰਬਾਰ ਸਾਹਿਬ ਤੋਂ, ਇੰਨੇ ਭਿਆਨਕ ਜਿਹੜੀ ਆ ਉਹ ਬੰਬਾਰੀ ਸੀ। ਅੱਛਾ, ਹਾਂਜੀ। ਅਤੇ ਇੱਕ ਦਹਿਸ਼ਤ ਦਾ ਮਾਹੌਲ ਤਾਂ ਲੋਕਾਂ ਦੇ ਵਿੱਚ ਬਣਿਆ ਹੋਊਗਾ ਕਿਉਂਕਿ ਆਪਣੇ ਹੀ ਸੂਬੇ ਦੇ ਵਿੱਚ ਜਦੋਂ ਜੰਗ ਲੱਗੀ ਪਈ ਹੋਵੇ
ਤੇ ਆਪਣੇ ਹੀ ਦੇਸ਼ ਨਾਲ ਲੱਗੀ ਪਈ ਹੋਵੇ ਤੇ ਕਿਤੇ ਨਾ ਕਿਤੇ ਲੋਕਾਂ ਜਿਹੜੇ ਜਿਹੜੇ ਨਜ਼ਦੀਕ ਹੁੰਦੇ ਆ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੋਊਗਾ ਵੀ ਕਿਸੇ ਵੀ ਟਾਈਮ ਜਿਹੜੇ ਅਸੀਂ ਮਾਰੇ ਜਾ ਸਕਦੇ ਹਾਂ। ਇਹ ਗੱਲ ਇਹ ਸੀ ਜੀ, ਪੰਜਾਬ ਦੇ ਲੋਕਾਂ ਦੇ ਵਿੱਚ ਜੋਸ਼ ਬਹੁਤ ਜ਼ਿਆਦਾ ਸੀ ਔਰ ਕਈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮਾਲਵੇ ਦੇ ਸਿੰਘ ਜਿਹੜੇ ਆ ਉਹ ਸਾਡੇ ਪਿੰਡ ਦੇ ਲਾਗੋਂ ਦੀ ਲੰਘੇ, ਇਹ ਸਭ ਅਸਾਂ ਹੀ ਅੱਖਾਂ ਨਾਲ ਵੇਖਿਆ। ਮਜੈਲ ਵੀ ਬਹੁਤ ਜ਼ਿਆਦਾ ਗਏ, ਦੁਆਬੇ 'ਚੋਂ ਵੀ ਆਏ, ਪਰ ਅਫਸੋਸ ਦੀ ਗੱਲ ਆ ਕਿ ਉਹਨਾਂ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਅਸੀਂ ਹੁਣ ਕਰਨਾ ਕੀ ਆ, ਕਿਉਂਕਿ ਲੀਡਰਸ਼ਿਪ ਸਾਰੀ ਬੇਈਮਾਨਾਂ ਦੀ ਸੀ। ਇਹ ਹੁਣ ਜੀ ਸਟੇਜ ਦੇ ਉੱਤੇ ਸੁਖਬੀਰ ਸਿੰਘ ਬਾਦਲ ਬੋਲਦਾ ਵੀ ਮੇਰੇ ਪਿਓ ਨੇ 17 ਸਾਲ ਕੈਦ ਕੱਟੀ ਆ, ਇਹ ਬਿਲਕੁਲ ਕੋਰਾ ਝੂਠ ਆ। ਉਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ, ਮੇਰੀ ਭੈਣ ਦਾ ਵਿਆਹ ਸੀ, ਉਹਨਾਂ ਕਿਹਾ ਜੇਲ੍ਹ ਵਾਲਿਆਂ ਵੀ ਬਾਦਲ ਸਾਹਿਬ ਇੱਕ ਚਿੱਠੀ ਲਿਖ ਦਿਓ ਅਤੇ ਅਸੀਂ ਤੁਹਾਨੂੰ ਛੱਡ ਦਿੰਦੇ ਹਾਂ, ਜਬਾਨਤ ਦੇ ਦਿੰਦੇ ਹਾਂ, ਤੁਸੀਂ ਭੈਣ ਦੇ ਵਿਆਹ ਆਪਣੀ ਲੜਕੀ ਦੇ ਵਿਆਹ 'ਤੇ ਜਾਓ। ਇਹ ਸਭ ਡਰਾਮੇ ਸੀ ਜੀ, ਇਹਨਾਂ ਨੂੰ ਪਤਾ ਸੀ ਵੀ ਅਸੀਂ ਬਾਹਰ ਮਾਰੇ ਵੀ ਜਾ ਸਕਦੇ ਹਾਂ, ਕਿ ਸਿੱਖ ਕੌਮ ਦਾ ਘਾਣ ਅਸੀਂ ਬਹੁਤ ਜ਼ਿਆਦਾ ਕਰਾ ਦਿੱਤਾ ਵਾ, ਨੌਜਵਾਨ ਵਰਗ ਅਸੀਂ ਬਹੁਤ ਜ਼ਿਆਦਾ ਮਰਵਾ ਘੱਤਿਆ ਵਾ। ਇਹ ਰੈਸਟ ਹਾਊਸਾਂ ਦੇ ਵਿੱਚ ਸਰਕਾਰਾਂ ਦੀ ਆਪਣੀ ਨਿਗਰਾਨੀ ਦੇ ਵਿੱਚ ਰਹਿ ਰਹੇ ਸੀ, ਇਹਨਾਂ ਕਹਿਲਾ ਨਹੀਂ, ਇਹ ਰੈਸਟ ਹਾਊਸਾਂ ਦੇ ਵਿੱਚ ਰਹਿੰਦੇ, ਜਿਨ੍ਹਾਂ ਦੇ ਜਿਨ੍ਹਾਂ ਨੂੰ ਰੋਟੀ ਪਾਣੀ ਪਕਾਉਣ ਵਾਲੇ 12-12, 14-14 ਬੰਦੇ ਇੱਕ ਜਾਣੇ ਨੂੰ ਮਿਲਦੇ ਆ। ਅੱਛਾ, ਕੋਈ ਜਿਹੜੀ ਸਿੱਖ ਕੌਮ ਆ ਉਹਨੇ ਕੈਦ ਕੱਟੀ ਆ, ਖਾੜਕੂਆਂ ਨੇ ਕੈਦ ਕੱਟੀ ਆ, ਸਿੱਖ ਕੌਮ ਨੇ ਕੱਟੀ ਆ, ਪਰ ਇਹਨਾਂ ਪਾਪੀਆਂ ਨੇ ਕੈਦ ਨਹੀਂ ਕੱਟੀ। ਇਹ ਕਾਗਜ਼ਾਂ 'ਚ ਕੈਦ ਹੁੰਦੀ ਆ, ਰੈਸਟ ਹਾਊਸਾਂ ਦੇ ਵਿੱਚ ਰਹਿੰਦੇ ਆ, ਉੱਥੇ ਹਰ ਇੱਕ ਜਿਹੜੀ ਚੀਜ਼ ਹੈ ਇਹਨਾਂ ਨੂੰ ਮੁਹੱਈਆ ਕੀਤੀ ਜਾਂਦੀ ਆ ਅਤੇ ਰਹਿੰਦੇ ਇਸ ਕਰਕੇ ਆ ਕਿ ਕਿਤੇ ਜੇ ਨੌਜਵਾਨ ਵਰਗ ਸਾਡੇ 'ਤੇ ਭੜਕ ਗਿਆ ਤਾਂ ਸਾਡਾ ਬਣੂ ਕੀ। ਹੁਣ ਸੰਤ ਜਰਨੈਲ ਸਿੰਘ ਤਾਂ ਉੱਥੇ ਸ਼ਹੀਦ ਹੋ ਗਿਆ, ਇਹ ਸਾਰੇ ਲੀਡਰ ਜਿਹੜੇ ਹੱਥ ਖੜੇ ਕਰਕੇ ਅਤੇ ਇਹ ਸਿਲੰਡਰ ਹੋ ਗਏ। ਫਿਰ ਇਹਨਾਂ ਕਹੇ ਹੁਣੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਇੰਨੇ ਸਾਲ ਜੀ ਸਾਡੇ 'ਤੇ NSA ਲੱਗਾ, ਇਹ ਲੱਗਾ, ਉਹ ਲੱਗਾ, ਨਹੀਂ ਜੀ ਲੱਗਾ ਵਾ, ਬੜੇ ਤਸ਼ੱਦਦ ਹੋਏ ਸਿੱਖਾਂ 'ਤੇ, ਇਹ ਸਾਰਾ ਕੁਝ ਸਹੀ ਆ, ਪਰ ਆ ਇਹ ਜਿਹੜੇ ਲੀਡਰ ਆ ਇਹਨਾਂ 'ਤੇ ਨਹੀਂ ਜੀ, ਇਹਨਾਂ 'ਤੇ ਇਹ ਤਾਂ ਰੈਸਟ ਹਾਊਸਾਂ 'ਚ ਰਹੇ ਆ ਜੀ, ਇਹ ਵਾਹਿਗੁਰੂ ਨੂੰ ਯਾਦ ਕਰਕੇ ਕਹਿਣ ਜੇ ਮੇਰੀ ਗੱਲ ਝੂਠ ਆ ਤਾਂ ਇਹ ਇਹ ਕੈਦ ਨਹੀਂ ਰਹੇ ਜੀ, ਜੇਲ੍ਹਾਂ 'ਚ ਨਹੀਂ ਰਹੇ ਜੀ, ਇਹ ਇਹ ਡਰਾਮੇ ਕਰਦੇ ਰਹੇ ਆ। ਦਿੱਲੀ ਸਰਕਾਰ ਦੇ ਨਾਲ ਨਾਤਾ ਬਾਦਲ ਦਾ ਹਮੇਸ਼ਾ ਹੀ ਜੁੜਿਆ ਰਿਹਾ, ਭਾਵੇਂ ਉੱਥੇ ਕਾਂਗਰਸ ਦਾ ਰਾਜ ਹੋਵੇ ਅਤੇ ਭਾਵੇਂ BJP ਦਾ ਹੋਵੇ, ਅਤੇ BJP ਦੇ ਨਾਲ ਇਹ ਅੱਜ ਵੀ ਜੁੜੇ ਹੋਏ ਆ। ਮੈਂ ਆਹ ਹੁਣ ਚੋਣਾਂ ਤੋਂ 5-6 ਦਿਨ ਪਹਿਲਾਂ ਗੱਲ ਇਹ ਕਰ ਰਿਹਾ, ਮੈਂ ਅੱਜ ਵੀ ਭਰਾਓ ਇਹ ਤੁਹਾਨੂੰ ਬੇਨਤੀ ਕਰਦਾ ਜੇ ਕਿ ਅਕਾਲੀ ਦਲ ਬਾਦਲ ਨੇ ਜੇ ਕੋਈ ਸੀਟ ਜਿੱਤ ਲਈ ਅਤੇ ਉਹ ਸੀਟ ਜਾਣੀ ਆ ਮੋਦੀ ਨੂੰ, ਅਤੇ ਮੋਦੀ ਉਹ ਆ ਜਿਹਨੇ 750 ਕਿਸਾਨ ਸ਼ਹੀਦ ਕਰਵਾਇਆ, 1 ਸਾਲ ਸਾਨੂੰ ਬਾਰਡਰਾਂ 'ਤੇ ਬਹਾਇਆ, ਔਰ ਕੀ ਸਾਡਾ ਉਹਨੇ ਖੋਹ ਲਿਆ, ਪੰਜਾਬ ਨੂੰ ਉਹਨੇ ਕਿਵੇਂ, ਚੰਡੀਗੜ੍ਹ ਵੀ ਸਾਥੋਂ ਖੋਹਣ ਦੇ ਉੱਤੇ ਉਹਨੇ ਸਾਰੇ ਜਿਹੜੇ ਆ ਚਾਰਾਜੋਈ ਕਰ ਰਿਹਾ ਵਾ, ਕਾਮਯਾਬ ਵੀ ਹੋ ਰਿਹਾ। ਅਤੇ ਇਸ ਕਰਕੇ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਲੀਡਰ ਆ ਅਸੀਂ ਇਹਨਾਂ 'ਤੇ ਵਿਸ਼ਵਾਸ ਨਹੀਂ ਕਰਦੇ, ਪਰ ਜੇ ਕਰਾਂਗੇ ਇਹਨੇ ਤਾਂ ਫਿਰ ਕੀ ਕਰਾਂਗੇ। ਇੱਕ ਜਿਹੜੀ ਆ ਆਸ ਦੀ ਕਿਰਨ ਜਾਗੀ ਆ ਆਪਣਾ 10-10 ਕੁ ਸਾਲ ਤੋਂ,
ਸ਼੍ਰੀ ਅੰਨਾ ਹਜ਼ਾਰੇ ਨੇ ਇੱਕ ਅੰਦੋਲਨ ਕੀਤਾ। ਉਹ ਅੰਦੋਲਨ ਪੂਰਾ ਇੰਡੀਆ ਦਾ ਬਹੁਤ ਵੱਡਾ ਅੰਦੋਲਨ ਬਣਿਆ ਅਤੇ ਉਹਦੇ ਵਿੱਚੋਂ ਇੱਕ ਨੌਜਵਾਨ ਵਰਗ ਨਿਕਲਿਆ ਜਿਨ੍ਹਾਂ ਨੇ ਇਹ ਗੱਲ ਕੀਤੀ ਕਿ ਇਹ ਅੰਦੋਲਨਾਂ ਨਾਲ ਕੰਮ ਨਹੀਂ ਚੱਲਣਾ, ਆਪਾਂ ਨੂੰ ਰਾਜਨੀਤੀ 'ਚ ਆਉਣਾ ਪਊ। ਸ਼੍ਰੀ ਅਰਵਿੰਦ ਕੇਜਰੀਵਾਲ ਵਰਗੇ ਜਿਹੜੇ ਆਪਣੇ ਸਾਥੀਆਂ ਸਮੇਤ ਰਾਜਨੀਤੀ 'ਚ ਆਏ ਔਰ ਲੋਕਾਂ ਨੂੰ ਉਹਨਾਂ ਨੂੰ ਸਮਝਣ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਲੱਗਿਆ। ਉਹਨਾਂ ਦਿੱਲੀ ਦੇ ਵਿੱਚ ਚੋਣ ਲੜੀ ਆ, ਮੈਂ ਪੋਲੀਟੀਕਲ ਕਰ ਰਿਹਾ, ਯਾਦ ਮੈਨੂੰ ਆ ਗਈ ਕਰਕੇ। 70 ਉੱਥੇ ਸੀਟਾਂ ਸੀ, 28 ਜਿੱਤ ਲਈਆਂ ਝਾੜੂ ਨੇ, 8 ਜਿੱਤ ਲਈਆਂ ਕਾਂਗਰਸ ਨੇ ਅਤੇ ਬਾਕੀ BJP ਨੇ। ਉਹ 8 ਸੀਟਾਂ ਦੀ ਹਮਾਇਤ ਜਿਹੜੀ ਆ ਉਹ ਕਾਂਗਰਸ ਨੇ ਦੇਤੀ, ਹੁਣ ਉਹ BJP ਵੱਲ ਜਾ ਨਹੀਂ ਸਕਦੀ। ਕੇਜਰੀਵਾਲ ਮੁੱਖ ਮੰਤਰੀ ਬਣ ਗਿਆ, 59 ਦਿਨਾਂ ਦੇ ਵਿੱਚ ਇੰਨਾ ਜ਼ਿਆਦਾ ਦਿੱਲੀ ਦੇ ਵਿੱਚ ਕੰਮ ਕੀਤਾ ਅਤੇ ਕਾਂਗਰਸ ਪਾਰਟੀ ਘਬਰਾ ਗਈ ਵੀ ਜੇ ਇਹਨੇ ਕੰਮ ਬਹੁਤ ਜ਼ਿਆਦਾ ਕਰ ਦੇਣਾ ਅਤੇ ਇਹ ਸਾਡਾ ਤਾਂ ਇੱਥੋਂ ਬਿਸਤਰਾ ਗੋਲ ਹੋ ਜਾਣਾ। ਉਹਨੇ ਆਪਦੀ ਹਮਾਇਤ ਵਾਪਸ ਲੈ ਲਈ। ਦਿੱਲੀ ਫਿਰ ਚੋਣ ਹੋਈ, 59 ਦਿਨਾਂ ਬਾਅਦ ਫਿਰ ਚੋਣਾਂ ਹੋਈਆਂ। ਫਿਰ ਦਿੱਲੀ ਦੇ ਲੋਕਾਂ ਨੇ 70 ਦੇ ਵਿੱਚੋਂ 67 ਸੀਟਾਂ ਝਾੜੂ ਨੂੰ ਜਿਤਾਈਆਂ। ਪੂਰਨ ਬਹੁਮਤ ਦੇ ਨਾਲ ਉਹਨਾਂ ਦੀ ਸਰਕਾਰ ਬਣੀ ਅਤੇ ਚੱਲੀ ਅਤੇ 3 ਸੀਟਾਂ ਮਿਲੀਆਂ ਸੀ BJP ਨੂੰ ਅਤੇ ਕਾਂਗਰਸ ਦਾ ਗੋਲ ਅੰਡਾ ਹੋ ਗਿਆ ਸੀ। 5 ਸਾਲ ਉਹਨਾਂ ਦਿੱਲੀ ਦੇ ਵਿੱਚ ਕੰਮ ਕੀਤੇ ਇੰਨੇ ਚੰਗੇ, ਹੈਲਥ ਲਈ, ਐਜੂਕੇਸ਼ਨ ਲਈ, ਪਾਣੀ ਲਈ, ਹੋਰ ਅਨੇਕਾਂ। ਅਤੇ 5 ਸਾਲਾਂ ਬਾਅਦ ਚੋਣ ਆਈ ਅਤੇ ਉਹਨਾਂ ਦੇ ਨੁਮਾਇੰਦਿਆਂ ਨੇ ਕੇਵਲ ਅਤੇ ਕੇਵਲ ਇੱਕ ਗੱਲ ਕਹੀ ਸਟੇਜ 'ਤੇ, ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾਉਣੀਆਂ, ਨਹੀਂ ਤਾਂ ਵੋਟ ਨਹੀਂ ਸਾਨੂੰ ਪਾਉਣੀ। ਔਰ ਦਿੱਲੀ ਦੀ ਜਨਤਾ ਨੇ ਫਿਰ ਉਹਨਾਂ ਨੂੰ 70 'ਚੋਂ 62 ਸੀਟਾਂ ਦੇ ਦਿੱਤੀਆਂ। 3 ਵਾਰ ਫਿਰ ਉਹ ਮੁੱਖ ਮੰਤਰੀ ਬਣ ਕੇ ਉਹ ਰਾਜ ਕਰ ਰਿਹਾ। ਇਹੋ ਹੀ ਹਾਲ ਸਾਡੇ ਪੰਜਾਬ ਵਾਲਿਆਂ ਦਾ ਸੀ। ਪਹਿਲੋਂ ਅਸੀਂ 4 MP ਜਿਤਾਏ ਝਾੜੂ ਦੇ, ਫਿਰ ਅਸੀਂ 22 ਸੀਟਾਂ ਵੀ ਲਈਆਂ ਪਰ ਇਹਦੇ ਨਾਲ ਸਰਕਾਰ ਨਹੀਂ ਸੀ ਬਣਦੀ ਕਿਉਂਕਿ ਟੋਟਲ 117 ਸੀਟਾਂ ਵਾ। ਪਰ ਏਰਕੀ ਪੰਜਾਬ ਵਾਸੀਆਂ ਨੇ ਝਾੜੂ ਨੂੰ ਇੰਨਾ ਵੱਡਾ ਹੰਗਾਰਾ ਦਿੱਤਾ, 117 ਦੇ ਵਿੱਚੋਂ 92 ਸੀਟਾਂ ਉਹ ਜਿੱਤ ਗਏ। ਸਰਕਾਰ ਚੱਲ ਰਹੀ ਆ, ਸਰਕਾਰ ਨੇ ਕੰਮ ਬਹੁਤ ਜ਼ਿਆਦਾ ਕਰ ਦਿੱਤੇ ਆ। ਪਰ ਮੈਂ ਇੱਕ ਵਰਕ ਹੋਣ ਦੇ ਨਾਤੇ ਇਹ ਗੱਲ ਕਹਿੰਦਾ ਵਾਂ ਕਿ ਇੰਨਿਆਂ ਕੰਮਾਂ ਨਾਲ ਸਾਡੀ ਸੰਤੁਸ਼ਟੀ ਨਹੀਂ ਹੋਈ। ਸਾਡੀ ਸੰਤੁਸ਼ਟੀ ਉੱਦਣ ਹੋਣੀ ਆ ਜਿੱਦਣ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜੂਗਾ। ਨਸ਼ਾ ਖਤਮ ਕਰਨ ਦੇ ਵਿੱਚ ਅਸੀਂ ਅਜੇ ਪੂਰੇ ਕਾਮਯਾਬ ਨਹੀਂ ਹੋਏ। ਬਾਕੀ ਗਰੰਟੀਆਂ ਅਸੀਂ ਕੁਝ ਪੂਰੀਆਂ ਕਰ ਦਿੱਤੀਆਂ, ਕੁਝ ਕਰ ਦੇਣੀਆਂ ਵਾਂ, ਪਰ ਇਸ ਚੀਜ਼ ਦਾ ਸਾਨੂੰ ਇਹ ਅਜੇ ਬੜਾ ਮਨ ਦੇ ਉੱਤੇ ਇਹ ਚੀਜ਼ ਦਾ ਬੋਝ ਆ। ਮੈਂ ਤਾਂ ਗੱਲ ਕਹਿੰਦਾ ਕਿ ਮੈਂ ਚਾਹੁੰਦਾ ਕਿ ਮੇਰੇ ਜਦੋਂ ਆਖਰੀ ਸਵਾਸ ਪੂਰੇ ਹੋਣ ਉਹਦੇ ਤੋਂ ਪਹਿਲੋਂ ਮੈਂ ਇਹ ਗੱਲ ਵੇਖ ਲਵਾਂ ਕਿ ਪੰਜਾਬ 'ਚੋਂ ਨਸ਼ਾ ਖਤਮ ਹੋ ਗਿਆ। ਬਾਕੀ ਇਹ ਸਭ ਕੁਝ ਵਾਹਿਗੁਰੂ ਦੇ ਹੱਥ 'ਚ ਆ। ਜੇ ਵਾਹਿਗੁਰੂ ਨੇ ਚਾਹਿਆ ਤਾਂ ਲੀਡਰਾਂ ਨੂੰ ਸਮਾਤਾ ਜੂ। ਨਸ਼ੇ 'ਤੇ ਅੰਕੜਿਆਂ ਦੇ ਵਿੱਚ ਮੈਂ ਦਾਅਵਾ ਕਰ ਸਕਦਾ ਕਿ ਪਿਛਲੀਆਂ ਸਰਕਾਰਾਂ ਦੇ ਅੰਕੜਿਆਂ ਨਾਲੋਂ ਸੈਂਕੜੇ ਗੁਣਾ ਜ਼ਿਆਦਾ ਜਿਹੜਾ ਅਸੀਂ ਨਸ਼ਾ ਫੜ ਲਿਆ। ਰੋਜ਼ TV 'ਤੇ ਖਬਰ ਆਉਂਦੀ ਆ, 12 ਕਿਲੋ ਹੀਰੇ ਨੂੰ ਫੜੀ ਗਈ, 3 ਕਿਲੋ ਫੜੀ ਗਈ, 1 ਕਿਲੋ ਫੜੀ ਗਈ, 48 ਕਿਲੋ ਫੜੀ ਗਈ।
ਪਰ ਨਹੀਂ, ਇਹਦੇ ਨਾਲ ਅਜੇ ਸੰਤੁਸ਼ਟੀ ਨਹੀਂ ਹੋਈ ਅਜੇ। ਇਸ ਕੰਮ ਲਈ ਸਰਕਾਰ ਨੂੰ ਬਹੁਤ ਜ਼ਿਆਦਾ ਕੁਝ ਕਰਨਾ ਪੈਣਾ, ਅਤੇ ਆਹ ਚੋਣਾਂ ਤੋਂ ਬਾਅਦ ਜਿਹੜਾ ਵਾ ਸਰਕਾਰ ਨੇ ਸਾਡੇ ਨਾਲ ਵਾਅਦੇ ਵੀ ਕੀਤੇ ਆ ਕਿ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਇਹ ਮੁਹਿੰਮ ਨੂੰ ਹੋਰ ਤੇਜ਼ ਕਰਾਂਗੇ। ਕੰਟਰੋਲ ਕੁਝ ਹੋ ਵੀ ਜਾਣਾ ਸੀ, ਪਰ ਪੰਜਾਬ ਦੀ ਬਦਕਿਸਮਤੀ ਵੀ ਆ ਕਿ ਪੰਜਾਬ 'ਚ ਹੜ੍ਹ ਆ ਗਏ, ਜਿੰਨਾ ਸਰਕਾਰ ਦਾ ਅਮਲਾ ਫੈਲਾ ਸੀ ਉਹ ਸਾਰਾ ਉੱਧਰ ਲੱਗ ਗਿਆ, ਅਤੇ ਇਸ ਕੰਮ ਵੱਲੋਂ ਥੋੜ੍ਹੀ ਜਿਹੀ ਢਿੱਲ ਆ ਗਈ। ਵਾਹਿਗੁਰੂ ਕਿਰਪਾ ਕਰੇ ਚੋਣਾਂ ਤੋਂ ਬਾਅਦ ਸਾਡੇ ਪੰਜਾਬ 'ਚੋਂ ਨਸ਼ਾ ਖਤਮ ਹੋਵੇ, ਇਹੋ ਵਾਹਿਗੁਰੂ ਗੜੀ ਅਰਦਾਸ ਕਰਦੇ। ਆਖਰੀ ਸਵਾਲ ਪੁੱਛਣਾ ਚਾਹੂੰਗੀ, 1984 ਦੇ ਅਟੈਕ ਤੋਂ ਬਾਅਦ ਕਹਿੰਦੇ ਤੁਸੀਂ ਪੰਜਾਬ ਤੋਂ ਚਲੇ ਗਏ ਸੀ, ਉਹਦਾ ਕੀ ਕਾਰਨ ਸੀ ਔਰ ਕਿੱਥੇ ਗਏ ਸੀ, ਕਿੰਨੇ ਸਾਲਾਂ ਦੇ ਲਈ? ਇਹ ਬੇਨਤੀ ਇਹ ਆ ਜੀ ਵੀ ਜਦੋਂ ਅਟੈਕ ਹੋਇਆ ਨਾ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਅਸੀਂ ਵੀ ਪਿੰਡੋਂ ਜਥਾ ਲੈ ਕੇ ਗਏ ਸਾਂ, ਪਰ ਪਿੰਡ ਸਖੀਰਾ ਤੋਂ ਗਾਂਹ ਨਹੀਂ ਜਾ ਸਕੇ, ਫੌਜ ਦੀ ਬਹੁਤ ਜ਼ਿਆਦਾ ਉੱਥੇ ਕਰੜਾਈ ਸੀ। ਫਿਰ ਪਿੰਡ ਆਉਂਦਿਆਂ ਅਜੇ 5-7 ਦਿਨ ਹੀ ਹੋ ਗਏ ਸੀ, ਅਤੇ ਮੇਰਾ ਵੱਡਾ ਭਰਾ ਇੰਸਪੈਕਟਰ ਮਨਜੀਤ ਸਿੰਘ ਅਤੇ ਮੇਰੇ ਪਿੰਡ ਦਾ ਸਰਪੰਚ ਸਰਦਾਰ ਅਜੀਤ ਸਿੰਘ ਸਰਪੰਚ, ਬਾਅਦ 'ਚੋਂ ਚੇਅਰਮੈਨ ਵੀ ਬਣੇ ਆ, ਉਹਨਾਂ ਨੇ ਮੈਂ ਇੱਕ ਲੀਕ ਟੱਪ ਚੁੱਕਿਆ ਸਾਂ, ਅਤੇ ਉਹ ਲੀਕ ਟੱਪਣ ਤੋਂ ਬਾਅਦ ਮੌਤ ਬਹੁਤ ਨਜ਼ਦੀਕ ਸੀ। ਮੇਰੇ ਨਾਲ ਦੇ ਜਾਣ ਪਛਾਣ ਦੇ ਜਿਨ੍ਹਾਂ ਨੂੰ ਖਾੜਕੂ ਸਿੰਘ ਕਹਿੰਦੇ ਆ, ਉਹ ਮੈਨੂੰ ਹੁਣ ਕੋਈ ਨਜ਼ਰ ਨਹੀਂ ਆਉਂਦਾ। ਤਕਰੀਬਨ ਸਰਕਾਰ ਦੀ ਨਿਗਾਹ 'ਚ ਉਹ ਮਾਰ ਘੱਤੇ ਆ, ਅਤੇ ਸਾਡੀ ਨਿਗਾਹ ਦੇ ਵਿੱਚ ਉਹ ਸ਼ਹੀਦ ਹੋ ਗਏ ਆ। ਮੇਰੇ ਵਜਨ ਦਾ ਇੱਕੋ ਕਾਰਨ ਆ, ਮੈਨੂੰ ਇਹਨਾਂ ਦੋਨਾਂ ਨੇ ਇੰਨਾ ਕੰਪੈਲ ਕੀਤਾ ਕਿ ਤੂੰ ਕੁਝ ਦਿਨਾਂ ਲਈ ਪੰਜਾਬ ਛੱਡ ਜਾ। ਆਖਰ ਮੈਨੂੰ ਭਰਾ ਦੀ ਅਤੇ ਸਰਪੰਚ ਦੀ ਗੱਲ 'ਤੇ ਅਮਲ ਕਰਨਾ ਪਿਆ। ਟ੍ਰੇਨਾਂ ਨਹੀਂ ਸੀ ਉਦੋਂ ਪੰਜਾਬ 'ਚ ਚੱਲਦੀਆਂ, ਟੁੱਟਵੀਆਂ ਬੱਸਾਂ ਚੱਲਦੀਆਂ ਸੀ, ਅਤੇ ਮੈਂ ਅੰਬਾਲੇ ਪਹੁੰਚ ਗਿਆ। ਅੰਬਾਲਿਓਂ ਟ੍ਰੇਨ ਹਾਵੜੇ ਪੱਛਮੀ ਬੰਗਾਲ ਜਾਂਦੀ ਸੀ, ਮੈਂ ਕਲਕੱਤੇ ਪਹੁੰਚ ਗਿਆ, ਉੱਥੇ ਮੇਰੇ ਭਰਾ ਰਹਿੰਦੇ ਹੀ ਸੀ। ਮੈਂ ਉਹਨਾਂ ਕੋਲ ਜਾ ਕੇ ਆਪਣਾ ਜੀਵਨ ਬਸਰ ਕੀਤਾ। ਫਿਰ ਮੈਂ ਤਕਰੀਬਨ 97 ਤੱਕ ਜੇ ਪੰਜਾਬ ਆਇਆ, ਅਤੇ 2-4 ਦਿਨ ਲਈ ਆਇਆ, ਅਤੇ ਉਦੋਂ ਹੀ ਮੁੜ ਗਿਆ। ਅਤੇ ਘਟਨਾ ਇਹੋ ਜਿਹੀ ਸੀ ਕਿ ਜਿਸ ਤਰ੍ਹਾਂ ਇੱਥੇ ਪੁਲਿਸ ਰੋਜ਼ ਛਾਪਾ ਮਾਰਦੀ ਸੀ, ਉਹੋ ਜਿਹੇ ਹਾਲਾਤ ਉੱਥੇ ਵੀ ਬਣ ਗਏ। ਉੱਥੇ ਵੀ ਮੈਂ ਇੱਕ ਵਾਰ ਪੰਜਾਬ ਆਇਆ, ਅਤੇ ਉਦੋਂ ਨਾ ਤਾਂ ਟੈਲੀਫੋਨ ਹੁੰਦੇ ਸੀ ਨਾ ਕੁਝ ਹੁੰਦੇ ਸੀ, ਅਤੇ ਤਕਾਲਾ ਨੂੰ ਸਾਡੇ ਬੱਸ ਚੱਲਦੀ ਆ ਸਭਰਾ ਪਿੰਡ ਨੂੰ ਪੱਟੀ ਅੱਡੇ ਤੋਂ, ਇੱਕ ਬੰਦੇ ਨੇ ਆਉਣਾ, ਉਹਨੇ ਬੱਸ ਦੇ ਵਿੱਚ ਮੇਰਾ ਨਾਂ ਬੋਲ ਕੇ ਜਾਣਾ ਕਿ ਸ਼ਰਨਜੀਤ ਸਿੰਘ ਨੂੰ ਜੇ ਕੋਈ ਜਾਣਦਾ ਵਾ ਤਾਂ ਉਹਨਾਂ ਨੂੰ ਇਹ ਗੱਲ ਕਹੋ ਕਿ ਉਹ ਸਾਨੂੰ ਆ ਕੇ ਮਿਲੇ CID ਦੇ ਦਫ਼ਤਰੇ। ਡਾਕਟਰ ਚੀਮੇ ਦੇ ਹਸਪਤਾਲ ਲਾਗੇ ਉਦੋਂ ਹੁੰਦਾ ਸੀ ਔਫਿਸ ਉਹਨਾਂ ਦਾ, ਅੱਜ ਦਾ ਤਾਂ ਮੈਨੂੰ ਪਤਾ ਨਹੀਂ ਕਿੱਥੇ ਆ। ਉਹ ਜਦੋਂ 2-3 ਦਿਨ ਬੋਲਦਾ ਰਿਹਾ ਅਤੇ ਆਖਰ ਮੈਨੂੰ ਦੱਸਤਾ ਉੱਥੋਂ ਜਿਹੜੇ ਵਿੱਚ ਕੋਈ ਸਵਾਰੀਆਂ ਬੈਠੀਆਂ ਸੀ ਵੀ ਇਸ ਤਰ੍ਹਾਂ ਤੇਰਾ ਨਾਂ ਲੈ ਕੇ ਬੋਲਦਾ ਵੀ ਮਿਲੋ। ਮੈਂ ਸਰਪੰਚ ਨੂੰ ਲੈ ਕੇ ਚਲੇ ਗਿਆ, ਮੈਨੂੰ ਉਸ ਇੱਕ ਬੰਦੇ ਦਾ ਨਾਂ ਚੇਤੇ, ਪੁਲਿਸ ਵਾਲੇ ਦਾ ਨਾਂ, ਉਹਦਾ ਨਾਂ ਸੀ ਪ੍ਰਗਟ ਸਿੰਘ।
ਉਹ ਮੈਨੂੰ ਕਹਿੰਦਾ ਵੀ ਸ਼ਰਨਜੀਤ ਸਿੰਘ ਆ ਗਏ। ਮੈਂ ਉਹਨੂੰ ਕਿਹਾ ਵੀ ਮੈਂ ਜੀਵਨ ਦੇ ਵਿੱਚ ਤੈਨੂੰ ਪਹਿਲੀ ਵਾਰ ਵੇਖਣ ਡਿਆਂ, ਨਾ ਤੂੰ ਮੈਨੂੰ ਵੇਖਿਆ ਨਾ ਮੈਂ ਤੈਨੂੰ ਵੇਖਿਆ, ਅਤੇ ਤੂੰ ਮੇਰਾ ਨਾਂ ਲੈ ਕੇ ਮੈਨੂੰ ਕਿਵੇਂ ਬੁਲਾਇਆ। ਅਤੇ ਉਹਨੇ ਕਾਗਜ਼ਾਂ 'ਚੋਂ ਕੱਢ ਕੇ ਫੋਟੋ ਮੇਰੇ ਗਾੜੀ ਕਰਤੀ, ਜਿਹੜੀ ਕਲਕੱਤੇ ਮੋਟਰਸਾਈਕਲ ਦੇ ਵਿੱਚ ਮੇਰੀ ਫੋਟੋ ਲੱਥੀ ਹੋਈ ਸੀ, ਉਹ ਉੱਥੋਂ ਉਸ ਮਹਿਕਮੇ ਨੇ ਇਹਨਾਂ ਨੂੰ ਸਰਵ ਕੀਤੀ ਮੇਰੀ ਪੂਣਛਾਣ ਕਰਨ ਲਈ। ਅਤੇ ਜਦੋਂ ਮੇਰੇ 'ਤੇ ਕੋਈ ਕੇਸ ਹੀ ਨਹੀਂ ਸੀ, ਮਾੜਾ ਕੰਮ ਮੈਂ ਕੀਤਾ ਹੀ ਕੋਈ ਨਹੀਂ ਸੀ, ਗਲਤ ਕੰਮ ਕੀਤਾ ਹੀ ਨਹੀਂ ਜ਼ਿੰਦਗੀ ਅੱਜ ਤੱਕ, ਅਤੇ ਹੋਣਾ ਤਾਂ ਕੁਝ ਨਹੀਂ ਸੀ। ਸਰਪੰਚ ਸਾਹਿਬ ਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਇਹਨਾਂ ਦੇ ਹੱਕ 'ਚ ਬਿਆਨ ਲਿਖ ਕੇ ਅਤੇ ਅੰਗੂਠਾ ਲਾਓ। ਭਾਵੇਂ ਅੱਜ ਉਹ ਦੁਨੀਆਂ 'ਚ ਨਹੀਂ ਰਹੇ, ਉਹਨਾਂ ਨੇ ਇਹ ਲਫ਼ਜ਼ ਬੋਲੇ ਕਿ ਸਰਦਾਰ ਸਾਹਿਬ ਅੰਗੂਠਾ ਹੀ ਨਹੀਂ, ਮੇਰੇ ਹੱਥਾਂ ਦੀਆਂ ਉਂਗਲਾਂ ਦੇ ਵੀ ਸਰਦਾਰ ਦੇ ਦਸ ਨਿਸ਼ਾਨ ਲੈ ਲਓ। ਮੈਂ ਇਸ ਬੰਦੇ ਦੀ ਹਾਮੀ ਭਰਦਾ ਕਿ ਇਹਨੇ ਜ਼ਿੰਦਗੀ 'ਚ ਗਲਤ ਕੰਮ ਨਹੀਂ ਕੀਤਾ। ਅਤੇ ਮੈਂ ਅੱਜ ਤੱਕ ਉੱਚਾ ਬੋਲ ਗਿਆ ਹਾਂ, ਇਹ ਗੱਲ ਹੋ ਸਕਦੀ ਆ, ਪਰ ਕਿਸੇ ਦਾ ਨੁਕਸਾਨ ਨਹੀਂ ਕੀਤਾ। ਕਿਉਂਕਿ ਮੇਰਾ ਮੰਨਣਾ ਆ ਕਿ ਜਿਹੜਾ ਦੂਜਿਆਂ ਦੇ ਨੁਕਸਾਨ ਕਰਦੇ ਆ ਉਹ ਸਿੱਖ ਨਹੀਂ ਹੁੰਦੇ। ਕਿ ਜੋ ਸਾਨੂੰ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦੱਸਿਆ ਨਾ, ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਾਂ। ਮੈਂ ਇਕੱਲਾ ਹੀ ਨਹੀਂ, ਹਰ ਸਿੱਖ ਜਿਹੜਾ ਉਹ ਸਰਬੱਤ ਦਾ ਭਲਾ ਮੰਗਦਾ। ਸਿੱਖ ਅੱਤਵਾਦੀ ਨਹੀਂ ਹੁੰਦਾ, ਸਿੱਖ ਵੱਖਵਾਦੀ ਨਹੀਂ ਹੁੰਦਾ। ਸਮੇਂ ਦੀਆਂ ਸਰਕਾਰਾਂ ਜਿਹੜੀਆਂ ਵਾ ਇਹਦੇ ਉੱਤੇ ਜ਼ੁਲਮ ਕਰਕੇ ਇਹਨੂੰ ਇਸ ਪਾਸੇ ਤੋਰਦੀਆਂ। ਸਾਡੇ ਨਾਲ ਬੜੀਆਂ ਘਟਨਾ ਯਾਦ ਆਉਂਦੀਆਂ, ਮੈਂ ਕਿਹੜੀ ਕਿਹੜੀ ਦਾ ਜ਼ਿਕਰ ਕਰਾਂ। ਥਾਣਿਆਂ ਦੇ ਵਿੱਚ ਖਾੜਕੂ ਵੀਰਾਂ ਦੇ ਪਰਿਵਾਰ ਜਾ ਕੇ ਬੰਦ ਕਰ ਦੇਣੇ, ਅੰਨਾ ਤਸ਼ੱਦਦ ਕਰਨਾ, ਲੱਤਾਂ ਬਾਹਾਂ ਤੋੜ ਦੇਣੀਆਂ, ਐਸੀਆਂ ਘਟਨਾਵਾਂ ਵੀ ਘਟੀਆਂ। ਪੁੱਤ ਮੈਨੂੰ ਫਿਰ ਇਹ ਗੱਲ ਕਰਨ ਲੱਗੇ ਨੂੰ ਸ਼ਰਮ ਆਉਂਦੀ ਆ, ਪੁਲਿਸ ਵਾਲਿਆਂ ਨੇ ਦਬਾ ਦੇਣਾ ਪੁੱਤ ਨੂੰ ਮਾਂ ਦੇ ਨਾਲ ਸੰਬੰਧ ਕਰ, ਪਿਓ ਨੂੰ ਕਹਿਣਾ ਧੀ ਨਾਲ ਸੰਬੰਧ ਕਰ। ਇਹ ਅੱਤਵਾਦ ਅਸੀਂ ਹੰਢਾਇਆ ਹੋਇਆ ਵਾ, ਇੱਥੋਂ ਦੇ ਲੋਕ ਜਾਣਦੇ ਸਾਡੇ ਨਾਲ ਆਹ ਘਟਨਾਵਾਂ ਹੋਈਆਂ ਕਿ ਸਾਡੇ 'ਤੇ ਤਸ਼ੱਦਦ ਕਰ ਕਰਕੇ ਸਾਡੀਆਂ ਨੌਜਵਾਨ ਬੇਟੀਆਂ ਦੀ ਬੇਇੱਜ਼ਤੀ ਕੀਤੀ ਗਈ ਔਰ ਸਾਡੀਆਂ ਮਾਵਾਂ ਦੀ ਇੱਜ਼ਤ ਉੱਥੇ ਰੋਲੀ ਗਈ। ਸਾਡੇ ਭਰਾਵਾਂ ਨੂੰ ਤਾਂ ਕੁੱਟ ਕੁੱਟ ਕੇ ਮਾਰ ਹੀ ਘੱਤਦੇ ਸੀ, ਇਹ ਥੋੜ੍ਹਾ ਸੀ ਮੁੜ ਕੇ ਕਿਸੇ ਦਾ ਇਲਾਜ ਹੁੰਦਾ ਸੀ। ਜਿਹੜਾ ਘਰੋਂ ਭਗੌੜਾ ਹੋ ਗਿਆ ਉਹਦਾ ਤਾਂ ਮੰਨ ਲਓ ਵੀ ਤੁਹਾਨੂੰ ਚਾਹੀਦਾ ਵਾ, ਅਤੇ ਪਰਿਵਾਰ ਦਾ ਮਗਰ ਕੀ ਦੋਸ਼ ਆ, ਮਾਂ ਪਿਓ ਵੀ ਮਾਰ ਘੱਤੇ। ਸਾਡੇ ਕੌਮ ਦੇ ਜਥੇਦਾਰ ਕਾਉਂਕ ਵਰਗੇ ਉਹਨਾਂ ਦੀ ਅੱਜ ਤੱਕ ਲਾਸ਼ ਨਹੀਂ ਮਿਲੀ, ਕੋਈ ਗੁਨਾਹ ਸੀ ਨਹੀਂ ਸੀ ਉਹਨਾਂ ਦਾ। ਇਸ ਕਰਕੇ ਬੇਗੁਨਾਹਾਂ ਦਾ ਜਿਹੜਾ ਖੂਨ ਬਹੁਤ ਜ਼ਿਆਦਾ ਇੱਥੇ ਡੁੱਲਿਆ, ਅਤੇ ਅਸੀਂ ਭੁਲੇਖੇ 'ਚ ਰਹਿ ਗਏ ਕਿ ਕਾਤਲ ਕੌਣ ਆ। ਅਸੀਂ ਇੰਦਰਾ ਨੂੰ ਪਾਪਣ ਕਹੀ ਗਏ ਕਿ ਇੰਦਰਾ ਪਾਪਣ ਨੇ ਕੀਤਾ ਦਰਬਾਰ ਸਾਹਿਬ 'ਤੇ ਅਟੈਕ ਕਰਾਇਆ, ਹੋਰ ਗੁਰਦੁਆਰਿਆਂ 'ਤੇ ਅਟੈਕ ਕਰਾਇਆ, ਇਹ ਬਿਲਕੁਲ ਸੱਚ ਆ। ਪਰ ਸਿੱਖ ਕੌਮ ਦਾ ਜਿਹੜਾ ਕਾਣ ਕੀਤਾ ਵਾ ਉਹ ਵੀਰੋ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ, ਉਹਦੀ ਜੁੰਡਲੀ ਨੇ ਕੀਤਾ ਵਾ। ਸੈਣੀ ਵਰਗਿਆਂ ਨੇ ਜਿਨ੍ਹਾਂ ਨੇ ਪਤਾ ਹੀ ਨਹੀਂ ਕਿੰਨੇ ਸੌ ਜਿਹੜੇ ਆ ਉਹ ਬੇਗੁਨਾਹ ਜਿਹੜੇ ਨਿਹੱਥੇ ਨੌਜਵਾਨ ਮੁੰਡੇ ਮਾਰੇ ਸੀ, ਇਹਨੇ ਉਹਦਾ ਰਾਜ ਆਉਣ 'ਤੇ ਉਹਨੂੰ ਸਾਡੇ ਉੱਤੇ DGP ਜਿਹੜਾ ਉਹ ਥੋਪ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਇਹਨੇ ਬੇਅਦਬੀ ਕਰਾਈ, ਇਹਨੇ ਬੇਅਦਬੀ ਕਰਾਈ। ਮੈਂ ਇਸ ਕਰਕੇ ਕਹਿੰਦਾ ਕਿਉਂਕਿ ਇਹਦਾ ਰਾਜ ਸੀ,
ਤੇ ਉਹਦੇ ਪ੍ਰੋਟੈਸਟ ਦੇ ਵਿੱਚ ਸੰਗਤ ਬੈਠੀ ਤੇ ਗੋਲੀ ਚਲਾ ਦਿੱਤੀ, ਕਈ ਸਿੰਘ ਫੱਟੜ ਹੋਏ ਤੇ ਦੋ ਸ਼ਹੀਦ ਹੋ ਗਏ ਤੇ 2.5 ਸਾਲ ਦਾ ਰਾਜ ਰਿਹਾ। ਤੇ ਇਹਨਾਂ ਦਾ ਅਣਪਛਾਤੀ ਪੁਲਿਸ ਆ, ਉਹ ਅੱਜ ਤੱਕ ਵੀ ਬਣੀ ਆ। ਉਹ ਨਿਆਂ ਸਾਨੂੰ ਕਾਂਗਰਸ ਨੇ ਵੀ ਨਹੀਂ ਦਿੱਤਾ ਤੇ ਆਹ ਜਿਹੜੀ ਸਾਡੀ ਆਪਦੀ ਸਰਕਾਰ ਆ ਇਹਦੇ 'ਤੇ ਸਾਨੂੰ ਆਸ ਵਾ ਵੀ ਮਿਲ ਜੂ ਵਕੀਲ ਦਾ ਮਿਲਣਾ ਕਿ ਨਹੀਂ ਮਿਲਣਾ, ਪਰ ਅਸੀਂ ਆਸ ਤਾਂ ਰੱਖਦੇ ਹਾਂ ਨਾ, ਕਿਉਂਕਿ ਸਿੱਖ ਜਿਹੜਾ ਵਾ ਉਹ ਜਾਨ ਵੀ ਕੁਰਬਾਨ ਕਰ ਸਕਦਾ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜੀ ਆ ਉਹ ਨਹੀਂ ਸਹਾਰ ਸਕਦਾ। ਹੁਣ ਵੇਖ ਲਓ ਪਿੱਛੇ ਜੇ ਦੋ ਘਟਨਾ ਹੋਈਆਂ ਸਿੱਖਾਂ 'ਚ ਰੋਹ ਅਤੇ ਗੁੱਸਾ ਇੰਨਾ ਵਾ ਉਹ ਬੇਅਦਬੀ ਕਰਨ ਵਾਲੇ ਨੂੰ ਉੱਥੇ ਸੰਗਤ ਕੁੱਟ ਕੁੱਟ ਕੇ ਮਾਰ ਕਰਦੀ ਆ। ਇਹ ਸਾਰਾ ਰੋਹ ਬਾਦਲ ਦੀ ਨਲਾਇਕੀ ਦੇ ਨਾਲ ਇਹ ਪੈਦਾ ਹੋਇਆ। ਜੇ ਇਹ ਕਿਤੇ ਨਲਾਇਕ ਨਾ ਹੁੰਦਾ ਤਾਂ ਇਹ ਇੱਥੋਂ ਤਾਂ ਨੌਬਤ ਨਹੀਂ ਸੀ ਜਾਣੀ। ਧੰਨਵਾਦ ਜੀ, ਬਹੁਤ ਸੋਹਣੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਔਰ ਵਾਕਈ ਇਹ ਮਾਝੇ ਦਾ ਦਰਦ ਹੈ, ਹਾਂਜੀ, ਇੱਥੋਂ ਦੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਜੀ। ਤਾਂ ਬਿਲਕੁਲ ਜੀ, ਸਾਡੇ ਨਾਲ ਸ਼ਰਨਜੀਤ ਸਿੰਘ ਮੌਜੂਦ ਸੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਉਸ ਵੇਲੇ ਨੌਜਵਾਨ ਸੀ ਇਹ, 21-22 ਸਾਲ ਦੀ ਮੈਂ ਤੁਹਾਡੀ ਉਮਰ ਸੀ, 1984 ਵੇਲੇ ਦੀ। ਹਾਂਜੀ ਹਾਂਜੀ, 1984। ਤਾਂ ਇਹਨਾਂ ਦੇ ਨਾਲ ਦੇ ਸਾਥੀ ਇਹ ਕਹਿੰਦੇ ਜੀ 1978 'ਚ ਸੀ 21-22 ਸਾਲ ਜੀ, 1978 ਤੋਂ ਲੈ ਕੇ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਵੀ ਇਹਨਾਂ ਦੇ ਨਾਲ ਦੇ ਜਿੰਨੇ ਸਾਥੀ ਸੀ ਲਾਗੇ ਲਾਗੇ ਪਿੰਡਾਂ ਦੇ ਅਤੇ ਜਾਂ ਕਹਿ ਲਓ ਪਿੰਡ ਦੇ, ਪਿੰਡ 'ਚੋਂ ਕਿੰਨੇ ਕੁ ਮੁੰਡੇ ਸ਼ਹੀਦ ਹੋਏ ਸੀ ਤੁਹਾਡੇ ਉਸ ਸਮੇਂ? ਪਿੰਡ 'ਚੋਂ ਜੀ ਮੈਨੂੰ ਨਾਂ ਸਾਰਿਆਂ ਦੇ ਚੇਤਾ ਨਹੀਂ, ਗਿਣਤੀ ਇੱਕ ਛੋਟਾ ਮੁੰਡਾ ਸੀ ਤੋਤਾ, ਉਹਨੂੰ ਪੁਲਿਸ ਨੇ ਸਾਡੇ ਪਿੰਡੋਂ ਹੀ ਫੜਿਆ ਸੀ, ਫੜ ਕੇ ਸਾਡੇ ਸੈਂਕੜੇ ਲੋਕਾਂ ਦੇ ਸਾਹਮਣੇ ਫਿਰ ਕੁੱਟ ਕੁੱਟ ਕੇ ਮਾਰ ਘੱਤਿਆ ਉਹਨੂੰ ਦੋ ਤਿੰਨਾਂ ਦਿਨਾਂ 'ਚ, ਉੱਥੇ ਜਾ ਕੇ ਕੁੱਟਦੇ ਰਹੇ। ਅੱਛਾ, ਅਤੇ ਹੋਰ ਮੈਂ ਗੱਲ ਕਰਾਂ, ਭਗੌੜੇ ਕਾਫੀ ਮੁੰਡੇ ਸੀ, ਸਾਰਿਆਂ ਦੇ ਮੈਨੂੰ ਨਾਂ ਚੇਤੇ ਵੀ ਨਹੀਂ। ਅਤੇ ਇਹ ਜਿਹੜੇ ਬਾਅਦ 'ਚ ਭਗੌੜੇ ਹੋਏ ਨਾ ਜੀ, 84 ਤੋਂ ਬਾਅਦ ਹੋਏ ਆ। ਦਰਅਸਲ ਉਦੋਂ ਮੈਂ ਕਲਕੱਤੇ ਸਾਂ ਅਤੇ ਮੈਨੂੰ ਤਾਂ ਉਦੋਂ ਚਿੱਠੀਆਂ ਰਾਹੀਂ ਪਤਾ ਲੱਗਦਾ ਸੀ, ਟੈਲੀਫੋਨ ਉਦੋਂ ਹੁੰਦੇ ਨਹੀਂ ਸੀ ਆਪਾਂ ਨੂੰ ਕੋਲ, ਮੋਬਾਈਲ ਟੈਲੀਫੋਨ ਦੀ ਤਾਂ ਇੰਨਾ ਨਹੀਂ ਸੀ ਹੁੰਦਾ ਹਿੰਦੁਸਤਾਨ 'ਚ। ਇਹ 84 ਤੋਂ ਬਾਅਦ ਮੇਰੇ ਖਿਆਲ 90 ਕਿਤੇ ਲਾਗੇ ਆਇਆ। ਅੱਛਾ, ਇਸ ਕਰਕੇ ਇਨਫੋਰਮੇਸ਼ਨ ਜਿਹੜੀ ਜਿਵੇਂ ਮਿਲਦੀ ਸੀ ਉਹੀ ਉਹ ਤਰ੍ਹਾਂ ਸੀ। ਠੀਕ ਹੈ ਜੀ, ਕੁੱਲ ਉਸ ਸਮੇਂ ਤੋਂ ਲੈ ਕੇ ਜੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਅਜੇ ਤੱਕ ਵੀ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਪਰਿਵਾਰ ਨੂੰ ਨਹੀਂ ਮਿਲੀਆਂ, ਅਜੇ ਤੱਕ ਵੀ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਿਆ। ਅਤੇ ਬਹੁਤ ਸਾਰੇ ਪਿੰਡ ਇੱਥੇ ਅਜਿਹੇ ਨੇ ਜਿੱਥੇ ਨੌਜਵਾਨ ਬਿਲਕੁਲ ਹੀ ਖਤਮ ਕਰ ਦਿੱਤਾ ਸੀ 1984 ਦੇ ਵਿੱਚ। ਲੋਕਾਂ ਦਾ ਮੰਨਣਾ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਫੜਨ ਦੇ ਲਈ ਜਾਂ ਮਾਰਨ ਦੇ ਲਈ ਅਟੈਕ ਕੀਤਾ ਸੀ, ਪਰ ਅਸਲ ਦੇ ਵਿੱਚ ਉਹ ਅਟੈਕ ਸਿੱਖ ਕੌਮ ਦਾ ਘਾਣ ਕਰਨ ਦੇ ਲਈ ਕੀਤਾ ਗਿਆ ਸੀ। ਕੈਮਰਾਮੈਨ ਕਹਿੰਦੇ ਦੇ ਨਾਲ ਮੈਂ ਗਗਨ ਸਿੱਧੂ, ਸ਼ਬਦ ਚੈਨਲ, ਸ਼੍ਰੀ ਅੰਮ੍ਰਿਤਸਰ ਸਾਹਿਬ।